ਨਹੀਂ ਅਜੇ ਚਿਰ 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 ਤਿੰਨ ਵਾਰ ਪਿਆ ਬੜਾ ਚਿਰ ਹੋ ਗਿਆ ਹੈ ਤੇਰੇ ਤੋਂ ਵਿਛੜੀ ਨੂੰ ਅੱਖ ਵਾਹਿਗੁਰੂ ਤੇਰੇ ਤੋਂ ਜੀਵਾਤਮਾ ਨੂੰ ਦੀ ਗੱਲ ਨਹੀਂ ਕੀਤੀ ਜਿੰਨਾ ਚਿਰ ਮੈਂ ਨਾਮ ਜਪਿਆ ਨਹੀਂ ਸੀ ਉਹਨਾਂ ਚਿਰ ਮੇਰੇ ਅੰਦਰ ਅੱਗ ਨਹੀਂ ਸੀ ਬਲੀ ਵੇਖੋ ਕਿੱਡੇ ਵਿਪਰੀਤ ਸ਼ਬਦ ਨੇ ਨਾਮ ਦਾ ਜਲ ਅੰਦਰ ਗਿਆ ਅਤੇ ਅੱਗ ਬਲ ਪਈ ਜਲ ਮੈਂ ਅਗਨ ਉੱਠੀ ਅਦਵਾਏ ਬਹੁਤ ਬਲੀ ਭਾਂਬੜ ਮੱਚ ਗਏ ਪਹਿਲੋਂ ਨਹੀਂ ਸੀ ਪੀਤੀ ਅੱਖ ਵਾਹਿਗੁਰੂ ਪਹਿਲੋਂ ਕਦੀ ਪਿਆਸ ਲੱਗੀ ਨਹੀਂ ਸੀ ਜਿੱਦਣ ਕਿਤੇ ਦੋ ਘੁੱਟ ਪੀਤੇ ਇਹ ਰਸ ਆਇਆ ਇਹ ਫਿਰ ਕਹਿੰਦੀ ਪੀ ਜਾਵਾਂ ਵਾਹਿਗੁਰੂ 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 ਜੀਂਦੇ ਰਹੋ ਪੀਣਾ ਹੈ ਪੀਣਾ ਹੈ ਅੱਗ ਲੱਗਦੀ ਵੇਖੀ ਸੀ ਵੀ ਤੇਲ ਡੁੱਲਾ ਅਤੇ ਬਲਦੀ ਅੱਗ ਉੱਤੇ ਹੋਰ ਭਾਂਬੜ ਮੱਚੇ ਅੱਜ ਇੱਕ ਨਵੀਂ ਗੱਲ ਦਾ ਪਤਾ ਲੱਗਾ ਨਾਮ ਅੰਦਰ ਗਿਆ ਅਤੇ ਪਿਆਸ ਵੱਧ ਗਈ ਜਲ ਮੈਂ ਅਗਨ ਉੱਠੀ ਅਧਕਾਈ ਪਰਸੋਂ ਹੁਸ਼ਿਆਰਪੁਰ ਕਥਾ ਸੀ
ਉੱਥੇ ਇੱਕ ਭੈਣ ਬੀਬਾ ਰਾਣੀ ਕਹਿੰਦੀ ਵੀ ਨਾਮ ਜਪਦਿਆ ਨਾ ਰਸ ਨਹੀਂ ਆਉਂਦਾ। ਅਤੇ ਦਾਸ ਨੇ ਜੋ ਕਿਹਾ ਸੀ ਇਹ ਕਿਹਾ ਸੀ ਵੀ ਬੀਬੀ ਜਪਿਆ ਨਹੀਂ ਆਉਣਾ। ਕੀ ਕਿਹਾ? ਹਾਂ, ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਇਹ ਕਿਸ ਤਰ੍ਹਾਂ ਹੋ ਸਕਦਾ ਵੀ ਨਾਮ ਜਪਿਆ ਰਸ ਨਾ ਆਵੇ। ਇੱਥੇ ਲਿਖਿਆ ਰਸਮੈਂ ਰਸਮੈਂ ਰਸ ਚੁਆਇਆ। ਬੋਲੋ ਭਲਾ, ਜਿਹੜੇ ਜੁੜ ਗਏ ਉਹਨਾਂ ਨੂੰ ਇਹ ਸ਼ਬਦ ਜਿਹੜਾ ਹੈ ਨਾ ਰਸ ਆ, ਰਸ ਭਰਿਆ ਸ਼ਬਦ, ਇਹਦੇ ਵਿੱਚੋਂ ਹੀ ਰਸ ਚੋਣ ਲੱਗ ਪਿਆ। ਬੀਬਾ ਜਪਿਆ ਨਹੀਂ ਗਿਆ ਹੋਣਾ, ਬੀਬਾ ਟਿਕਿਆ ਨਹੀਂ ਗਿਆ ਹੋਣਾ, ਟਿਕਿਆ ਨਹੀਂ ਗਿਆ ਹੋਣਾ, ਤੀਰ ਕਿਤੇ ਨਿਸ਼ਾਨੇ 'ਤੇ ਵਜ੍ਹਾ ਨਹੀਂ ਹੋਣਾ। ਇਹ ਕਿਸ ਤਰ੍ਹਾਂ ਕਿੰਨੀ ਹੈ ਤੂੰ ਅਭਿਆਸਣੇ ਹੈ, 14 ਸਾਲ ਤੋਂ ਜਪਦੀ ਹਾਂ ਅਖ ਵਾਹਿਗੁਰੂ, ਰਸ ਨਹੀਂ ਆਉਂਦਾ। ਅਨਹਦ ਸ਼ਬਦ, ਅਨਹਦ ਸ਼ਬਦ, ਵਾਹਿਗੁਰੂ ਸ਼ਬਦ, ਤੂੰ ਜੀਬਾ ਤੂੰ ਕਿਹਾ ਹੋਣਾ, ਤੂੰ ਕੰਨਾਂ ਤੋਂ ਸੁਣਿਆ ਹੋਣਾ, ਰਸ ਇੱਥੇ ਨਹੀਂ ਵਗਦਾ। ਨੌ ਦੁਆਰ ਨਵੇਂ ਦਰ ਫਿੱਕੇ ਪੀਓ, ਨੌ ਨਵੇਂ ਇੱਥੋਂ ਜਪਿਆ ਹੋਇਆ ਤਾਂ ਫਿੱਕਾ ਹੀ ਹੋਣਾ ਹੈ। ਪਤਾ ਲੱਗ ਰਿਹਾ ਪੁੱਤ ਹੋਏ? ਨਹੀਂ, ਅੱਛਾ, ਨਵਾਂ ਚੋਂ ਕਹੇ ਹੋਏ ਬੋਲ ਤਾਂ ਫਿੱਕੇ ਹੋਣੇ, ਕਿਉਂਕਿ ਇਹਨਾਂ ਨੇ ਤਾਂ ਜਿਹੜੀ ਜੀਬਾ ਨਾਲ ਤੂੰ ਜਪ ਰਿਹਾ, ਥੋੜ੍ਹੀ ਇਹਨੂੰ ਜਾ, ਜਿਹੜੀ ਜੀਬਾ ਨਾਲ ਤੂੰ ਜਪ ਰਿਹਾ ਇਸ ਜੀਬਾ ਨੇ ਤਾਂ ਸਾਰਾ ਦਿਨ ਚੁਗਲੀ ਕੀਤੀ, ਇਹਦੇ ਤੋਂ ਕਿੱਥੇ ਰਸ ਆਉਣਾ ਹੈ? ਇਹਨਾਂ ਅੱਖਾਂ ਨਾਲ ਵੇਖਿਆ ਤੈਨੂੰ ਰਸ ਕੀ ਆਉਣਾ ਹੈ? ਇਹਨਾਂ ਅੱਖਾਂ ਨਾਲ ਤਾਂ ਬਹੁਤ ਪਰਾਇਆ ਸਰੂਪ ਦੇਖਿਆ ਹੈ, ਇਹਨਾਂ ਕੰਨਾਂ ਨਾਲ ਬਾਣੀ ਸੁਣਿਆ ਤੈਨੂੰ ਕੀ ਰਸ ਆਉਣਾ ਹੈ? ਇਹਨਾਂ ਕੰਨਾਂ ਨਾਲ ਤਾਂ ਤੂੰ ਬਹੁਤ ਚੁਗਲੀਆਂ ਸੁਣੀਆਂ। ਇਸ ਤਰ੍ਹਾਂ ਹੀ ਆ ਜੀ, ਸਤਨਾਮ ਸਿੰਘ ਜੀ ਸੁਣ ਰਹੇ ਹੋ ਧਿਆਨ ਨਾਲ, ਕੋਈ ਅਭਿਆਸੀ ਰੂਹਾਂ ਨੂੰ ਪਤਾ ਲੱਗਦਾ, ਸਾਰਿਆਂ ਨੂੰ ਪਰ ਪਤਾ ਨਹੀਂ ਲੱਗਦਾ। ਹਾਂ, ਕੋਈ ਸਾਖੀ ਹੋਵੇ ਉਹਦਾ ਮਿੰਟ 'ਚ ਪਤਾ ਲੱਗੂ, ਬਲਾਬਾ ਫਲਾਣੇ ਥਾਂ ਜੰਮਿਆ, ਫਲਾਣੇ ਥਾਂ ਗਿਆ, ਕੁਛ ਕੀਤਾ। ਇਹ ਬਰੀਕ ਹੈ, ਖੰਨੇ ਦਿੱਖੀ ਵਾਲੋਂ ਨਿੱਕੀ ਆ। ਇੱਥੇ ਮਨ ਦਾ ਟਿਕਾਓ ਜ਼ਰੂਰੀ ਆ, ਇਹ ਬਚਨ ਸੁਣਨ ਨੂੰ ਮਨ ਦਾ ਟਿਕਾਓ ਜ਼ਰੂਰੀ ਹੈ। ਦਾਸਰਾ ਤੁਹਾਡਾ ਚੌਂਕੀਦਾਰ ਕਹਿ ਰਿਹਾ ਸੀ ਵੀ ਜਿਹੜੀ ਜੀਵਾ ਨਾ ਤੂੰ ਜਪ ਕੇ ਕਿੰਨਾ ਤੈਨੂੰ ਰਸ ਆ ਜਾਏ, ਇਸ ਜੀਵਾ 'ਤੇ ਗੰਦ ਕਿੰਨਾ ਹੈ, ਕਿੰਨੀਆਂ ਗੰਦੀਆਂ ਗੱਲਾਂ ਇਹਦੇ ਨਾਲ ਕੀਤੀਆਂ ਹੀ, ਕਿੰਨੀ ਚੁਗਲੀ ਕੀਤੀ ਇਹਦੇ ਰਾਹੀਂ, ਨਹੀਂ ਫਿਰ ਕਿੱਥੋਂ ਜਪੀਏ? ਅੱਖ ਵਾਹਿਗੁਰੂ। ਸਵਾਲ ਇਹ ਪੈਦਾ ਹੋਇਆ ਕਿੱਥੋਂ ਜਪੀਏ? ਸਾਹਿਬ ਕਹਿੰਦੇ ਅਨਹਦ ਸ਼ਬਦ, ਜਿਹੜਾ ਵਾਹਿਗੁਰੂ ਸ਼ਬਦ, ਅਨਹਦ ਦਾ ਮਤਲਬ ਵਾਹਿਗੁਰੂ ਸ਼ਬਦ, ਹੱਦ ਤੋਂ ਰਹਿਤ, ਜਿਹੜਾ ਉੱਥੇ ਜਪਣਾ ਹੈ। ਦਸਮ ਦੁਆਰ ਵਜਿਆ 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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤਾਂ ਖੋਪਰੀ 'ਚ ਲੈ ਕੇ ਜਾਓ, ਹਾਂ ਚੁੱਕ ਲਓ, ਨਵਾਂ ਚੋਂ ਨਵਾਂ ਚੋਂ ਚੁੱਕ ਲਓ, ਤਾਂ ਵਾਹਿਗੁਰੂ 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 ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ। ਇੱਕ ਗੱਲ ਹੋਰ ਨੋਟ ਕਰਿਓ, ਜਿਹੜੇ ਅਭਿਆਸੀ ਤੁਹਾਡੇ ਵਿੱਚੋਂ ਗੁਰੂ ਕਿਰਪਾ ਕਰੇ ਅਜੇ ਸਤਸੰਗੀ ਹੋ, ਕੀ ਹੋ? ਅਭਿਆਸੀ ਨਹੀਂ। ਜਿਹੜੇ ਅਭਿਆਸੀ ਹੈ ਨਾ ਜੀ, ਸੱਚਮੁੱਚ ਜਿੱਦਣ ਕਿਤੇ ਉਸ ਥਾਂ 'ਤੇ ਜਾ ਕੇ ਵਾਹਿਗੁਰੂ ਕਹਿੰਦੇ ਫਿਰ ਇਹਨੂੰ ਡਰ ਆਉਂਦਾ ਹੈ ਕਿਤੇ ਗਵਾਚ ਨਾ ਜਾਵਾਂ, ਇਤਨਾ ਹੀ ਕਿਤੇ ਕੀ ਹੋਊਗਾ ਜੇ ਉੱਥੇ ਕਿਤੇ ਕੁੰਡੀ ਜੁੜ ਗਈ ਅਤੇ ਡਰ ਆਉਣ ਲੱਗ ਪੈਂਦਾ। ਇੱਕ ਪੰਗਾ ਥੋੜ੍ਹਾ ਹੈ, ਆਖੋ ਵਾਹਿਗੁਰੂ। ਉੱਥੇ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਵੀ ਫਿਰ ਡਰਦੀ ਹੈ, ਮੁੜਦੀ ਮਿੰਟਾਂ 'ਚ ਫਿਰ ਥੱਲੇ ਆ ਗਈ। ਜਿਨ੍ਹਾਂ ਦਾ ਇੱਕ ਰਸ ਉੱਥੇ ਵਾਜਾ ਵੱਜਿਆ ਹੈ, ਅਨਹਦ ਸ਼ਬਦ ਦਸਮ ਦੁਆਰ ਵੱਜਿਆ ਤੈਂ ਅੰਮ੍ਰਿਤ ਨਾਮ ਚੁਆਇਆ ਨਹੀਂ, ਚੋ ਆਇਆ ਥਾ, ਚੋ ਆਇਆ ਥਾ। ਜੇ ਗੁਰਬਾਣੀ ਕਹਿੰਦੀ ਤਾਂ ਚੋਂਦਾ ਹੈ, ਤੁਸੀਂ ਤਾਂ ਮੈਂ ਵਿਹੂਣੇ ਹੋ ਸਕਦੇ ਹਾਂ, ਪਤਾ ਲੱਗ ਰਿਹਾ ਜੀ, ਪਕੜ ਰਹੇ ਹੋ? ਤੁਸੀਂ ਤਾਂ ਮੈਂ ਹੋ ਸਕਦੇ ਵੀ ਥੱਲੇ ਖਲੋ ਕੇ ਆਖੀਏ ਵੀ ਅੰਬ ਖੱਟੇ ਨੇ, ਅੰਗੂਰ ਖੱਟੇ ਨੇ, ਆਪਾਂ ਕਹਿ ਸਕਦੇ ਥੱਲੇ ਖਲੋ ਕੇ। ਜੇ ਗੁਰਬਾਣੀ 'ਚ ਲਿਖਿਆ ਹੈ ਵੀ ਉੱਥੇ ਜਾ ਕੇ ਰਸ ਚੋ ਆਇਆ ਥਾ, ਚੋ ਮਹਾਰਾਜ, ਉਹ ਰਸ ਕਿਸ ਤਰ੍ਹਾਂ ਦਾ ਸੀ? ਮਿੱਠਾ ਸੀ। ਕਹਿੰਦੇ ਸੱਜਣਾ, ਉਹ ਰਸ ਇਸ ਤਰ੍ਹਾਂ ਦਾ ਨਹੀਂ ਜਿਹੜਾ ਟੋਫੀ 'ਚੋਂ ਆਉਂਦਾ ਹੈ। ਨੋਟ ਕਰਿਓ ਗੁਰੂ ਕੇ ਸਿੱਖੋ, ਜਿਹੜਾ ਸ਼ਹਿਦ ਵਿੱਚੋਂ ਆਉਂਦਾ ਹੈ ਉਹਦੇ ਪਹਿਲੋਂ ਲਿਖਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ। ਇਸ ਤਰ੍ਹਾਂ ਦੀ ਕੋਈ ਕਹਾਣੀ ਨਾ, ਜਿਹੜੇ ਤੈਨੂੰ ਕਹਿੰਦੇ ਫਿਰਦੇ ਨਾ ਮੂੰਹ ਦੇ ਵਿੱਚੋਂ ਮਿਸ਼ਰੀ ਵਰਗਾ ਰੱਬ, ਇਹ ਫਿੱਕੀਆਂ ਗੱਲਾਂ। ਰਸ ਕਿਹੜਾ ਆਇਆ ਜੀ? ਤੁਸੀਂ ਅੱਜ ਨਵੀਂ ਗੱਲ ਕਰਤੀ, ਰਸ ਕਿਹੜਾ ਆਇਆ? ਬਾਬਾ ਕਹਿੰਦਾ ਅਨਪਉ ਅਚਰਜ ਹੈਰਾਨੀ, ਅਨਭਵ ਦੇ ਦਰਵਾਜ਼ੇ ਖੁੱਲ੍ਹੇ, ਪਤਾ ਲੱਗਾ ਅਨਭਉ ਅਚਰਜ ਰੂਪ ਪ੍ਰਭ ਵੇਖਿਆ, ਰੂਪ ਪ੍ਰਭ ਵੇਖਿਆ ਅਨਭਵ ਦੇ ਦਰਵਾਜ਼ੇ ਖੁੱਲ੍ਹੇ। ਅਚਰਜ ਤਾਈ ਅਚਰਜਤਾ ਦੇ ਮੰਡਲ ਵਿੱਚ ਸੁਰਤ ਚਲੇਗੀ, ਮੇਰਾ ਮਨ ਛੋੜ ਨਾ ਕਤੋਂ ਹੋ ਜਾਇਆ ਥਾ, ਫਿਰ ਮੇਰਾ ਦਿਲ ਨਹੀਂ ਸੀ। ਇਹ ਤਾਂ ਕਹਿੰਦੇ ਨਾ ਡਰ ਆਉਂਦਾ ਹੈ, ਪਤਾ ਲੱਗ ਰਿਹਾ? ਇਹ ਤਾਂ ਲੋਕੀ ਕੀ ਕਹਿੰਦੇ, ਕਿਹੜੀ ਗੱਲ ਦਾ ਵੀ ਕਿਤੇ ਓਡੀ ਨਾ ਜਾਵਾਂ, ਤਾਂ ਹੀ ਨਾ ਚੜ੍ਹ ਜਾ, ਦੂਰੀ ਨਾ ਚੱਲ ਜਾ। ਉਹ ਕਹਿੰਦੇ ਜਿਨ੍ਹਾਂ ਨੂੰ ਉੱਥੇ ਰਸ ਹੈ ਨਾ, ਅਸਲੀ ਰਸ, ਮੇਰਾ ਮਨ ਛੋੜ ਨਾ ਕਤਹੂ ਜਾਇਆ ਥਾ, ਕਿਤੇ ਜਾਂਦਾ ਹੀ ਨਹੀਂ ਸੀ, ਟਿਕ ਗਏ, ਮਨ ਚੜ੍ਹਿਆ ਦਸਵੇਂ ਆਕਾਸ਼ ਉੱਥੇ ਚਲੇ ਗਿਆ। ਨੌ ਦਰਵਾਜ਼ ਨਵੇਂ ਦਰ ਫਿੱਕੇ, ਰਸ ਦਸਵੇਂ ਅੰਮ੍ਰਿਤ ਚੁਆਏ ਦਾ। ਇੱਕ ਹੋ ਰਿਹਾ, ਅੱਖ ਵਾਹਿਗੁਰੂ। ਨੌ ਘਰ ਦੇਖ, ਨੌ ਪਤਾ ਲੱਗ ਜੂ, ਅੱਖਾਂ ਕੰਨ ਜੀਭਾ, ਇਹ ਨੌ ਦਰਵਾਜ਼ੇ ਜਿਹੜੀ ਵੇਖ ਕੇ ਜੀਵ ਇਸਤਰੀ ਭੁੱਲ ਗਈ ਵੀ ਇੱਥੋਂ ਤੱਕ ਹੀ ਸਾਰੇ ਸਮਾਨ ਆ। ਅੱਖ ਵਾਹਿਗੁਰੂ। ਨੌ ਘਰ ਦੇਖ ਜੋ ਕਾਮਣ ਭੁੱਲੀ, ਬਾਬਾ ਕਬੀਰ ਜੀ ਬੋਲੋ ਹੈ ਇੱਕ ਵਾਰ ਪਹਿਲਾਂ, ਨੌ ਘਰ ਦੇਖ ਕਮਣ ਮੀਂਡ ਜੀਵ ਇਸਤਰੀ, ਨੌ ਘਰ ਦੇਖ ਜੋ ਕਾਮਣ ਭੁੱਲੀ, ਅੱਗੇ ਲਿਖਿਆ ਜਿਹੜੀ ਭੁੱਲ ਗਈ ਉਹਨੇ ਵਸਤ ਅਨੂਪ ਨਾ ਪਾਈ।
ਬੋਲੋ ਹੁਣ ਭਲਾ, ਵੇਖੋ ਸੁਸਤ ਨਾ ਹੋਣਾ, ਚੜ੍ਹਦੀ ਕਲਾ 'ਚ ਰਹੋ ਅਤੇ ਉਸ ਮੰਜ਼ਿਲ 'ਤੇ ਜਾ ਕੇ ਵੇਖੋ। ਬਾਬਾ ਕਬੀਰ ਕਹਿੰਦਾ ਜਿਹੜੀ ਅੱਖਾਂ ਤੱਕ ਰਹਿ ਗਈ, ਜਿਹੜੀ ਕੰਨਾਂ ਤੱਕ ਰਹਿ ਗਈ, ਜਿਹੜੀ ਜੀਭਾਂ ਤੱਕ ਰਹਿ ਗਈ, ਜਿਹੜੀ ਨਾਸਾਂ ਤੱਕ ਰਹਿ ਗਈ, ਵਸਤ ਜਿਹੜੀ ਅਨੂਪਮ ਵਸਤੂ ਹੈ, ਜਿਹੜਾ ਕਿਹਾ ਅਚਰਜ ਅਤੇ ਅਨੁਭਵ ਹੈ, ਉਹਨੇ ਪਾ ਨਹੀਂ ਲਿਆ, ਥੱਲੇ ਰਹਿ ਗਈ, ਵਸਤ ਅਨੂਪ ਨਾ ਪਾਈ। ਅੱਗੇ ਜਾ ਕੇ ਕਹਿੰਦੇ ਕਹਿ ਕਬੀਰ ਨਵੇਂ ਦਰ ਫਿੱਕੇ, ਨਵੇਂ ਇਹ ਫਿੱਕੇ ਨੇ, ਪਤਾ ਨਹੀਂ ਕਿਸ ਤਰ੍ਹਾਂ ਲੋਕ ਗੱਲਾਂ ਕਰੀ ਜਾਂਦੇ। ਦਸਵੇਂ ਤੱਤ ਸਮਾਈ, ਦਸਵੇਂ ਤੱਤ ਤੇ ਇੱਥੇ ਛੁਪਿਆ ਪਿਆ। ਜਦੋਂ ਸ਼ਬਦ ਜਾਪ ਕਰਦਿਆਂ ਕਰਦਿਆਂ ਜੀਵ ਆਤਮਾ ਉਸ ਘਰ ਵਿੱਚ ਜਾ ਕੇ, ਅਤੇ ਮੈਂ ਫਿਰ ਇੱਕ ਵਾਰ ਆਪ ਜੀ ਨੂੰ ਬੇਨਤੀ ਕਰਾਂ, ਵਿਦਵਾਨ ਸੱਜਣ ਬੈਠੇ ਹੋ ਉੱਥੇ ਜਾ ਕੇ ਬੰਦਾ ਡਰਦਾ ਜੇ, ਸਤਨਾਮ ਸਿੰਘ ਸੁਣਿਓ, ਉੱਥੇ ਜਾ ਕੇ ਬੰਦਾ, ਇੱਧਰ ਵੇਖੋ ਜੀ, ਤੁਸੀਂ ਵੇਖੋ, ਉਹ ਗੁਰੂ ਕੇ ਲਾਲ ਜੀ ਇੱਧਰ ਵੇਖੋ, ਉੱਥੇ ਜਾ ਕੇ ਬੰਦਾ, ਅਤੇ ਤੁਹਾਨੂੰ ਅਨੁਭਵ ਕਈ ਵਾਰ ਹੋਇਆ ਹੋ, ਜਹਾਜ਼ ਦੇ ਉੱਤੇ ਚੜ੍ਹ ਕੇ ਰਿਲੈਕਸ ਹੁੰਦੇ ਕਿ ਡਰਦੇ ਹੋ, ਆਖੋ ਵਾਹਿਗੁਰੂ। ਉੱਚਾ ਜਿੰਨਾ ਬੰਦਾ ਚੱਲ ਜਾਏ ਓਨਾ ਹੀ ਡਰ ਹੁੰਦਾ ਨਾ, ਵੀ ਕਿਤੇ ਡਿੱਗ ਕੇ ਚੂਰ ਚੂਰ ਨਾ ਹੋ ਜਾਣ। ਇਸ ਤਰ੍ਹਾਂ ਹੀ ਅਭਿਆਸੀ ਦੀ ਜ਼ਿੰਦਗੀ ਆ, ਅਭਿਆਸੀ ਵੀ ਜਿੱਦਣ ਕਦੀ ਸੁਰਤ ਤਾਂ ਛਾਲਾਂ ਮਾਰ ਕੇ ਚੜ੍ਹਦੀ, ਛੇਤੀ ਡਰ ਜਾਂਦਾ, ਛੇਤੀ ਡਰ ਜਾਂਦਾ, ਆਖੋ ਵਾਹਿਗੁਰੂ। ਮੇਰੇ ਬੱਚਿਆਂ ਦਾ ਕੀ ਬਣੂ, ਮੇਰੀ ਧੀ ਦਾ ਕੀ ਬਣੂ, ਮੇਰੇ ਪੁੱਤਰ ਹੈ, ਮੈਂ ਤਾਂ ਅਜੇ ਬੜੇ ਕਾਰਜ ਕਰਨੇ ਆ, ਤੈਨੂੰ ਕਿਹਨੇ ਕਿਹਾ ਸੀ, ਆਖੋ ਵਾਹਿਗੁਰੂ, ਤੈਨੂੰ ਕਿਹਨੇ ਕਿਹਾ ਸੀ ਫਿਰ ਇਸ ਤਰ੍ਹਾਂ ਕਰਨ ਨੂੰ। ਤੂੰ ਸਤਸੰਗੀ ਬਣਿਆ ਰਹੋ, ਅਭਿਆਸੀ ਨਾ ਬਣੋ, ਆਖੋ ਵਾਹਿਗੁਰੂ। ਸਤਸੰਗੀ ਤੁਸੀਂ ਬਹੁਤ ਵੇਖੇ ਹੋਣਗੇ, ਅਭਿਆਸੀ ਬਹੁਤ ਘੱਟ ਮਿਲੇ ਹੋਣਗੇ। ਜਗਿਆਸੂਰੂਆਂ ਜਿਹਨਾਂ ਦੀ ਸੁਰਤ ਤਾਂ ਚੜ੍ਹੀ ਬਹੁਤ ਘੱਟ ਨੇ, ਸੱਚੀ ਮੁੱਚੀ, ਆਖੋ ਵਾਹਿਗੁਰੂ, ਰੱਜ ਕੇ ਬੋਲੋ। ਬਾਬਾ ਕਬੀਰ ਕਹਿੰਦਾ ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਦੀ ਪਿਆਸ ਬੁਝਦੀ ਨਹੀਂ, ਉਹ ਕੈਸੀ ਪਿਆਸ ਹੈ। ਜਲ ਮੈਂ ਅਗਨ ਉੱਠੀ, ਪਾਇਆ ਸੀ ਉੱਤੇ ਜਲ ਅੱਗ ਬਲ ਪਈ, ਪਾਇਆ ਸੀ ਅੰਦਰ ਨਾਮ ਦਾ ਜਲ ਅੱਗ ਬਲ ਪਈ। ਇੰਨਾ ਦਿਲ ਕਰਦਾ ਹੈ ਹੁਣ, ਜਿਹਨਾਂ ਜਿਹਨਾਂ ਨੂੰ ਲੱਗੀ, ਜਿਹਨਾਂ ਜਿਹਨਾਂ ਦੇ ਅੰਦਰ ਗਈ, ਆਖੋ ਵਾਹਿਗੁਰੂ, ਜਿਹਨਾਂ ਜਿਹਨਾਂ ਦੇ ਅੰਦਰ ਨਾਮ ਰੂਪੀ ਜਲ ਗਿਆ। ਇੱਕ ਬਚਨ ਹੋਰ ਤੀਸਰੇ ਪਾਤਸ਼ਾਹ ਲਿਖਿਆ, ਬੜੇ ਸੋਹਣੇ ਸ਼ਬਦ ਨੇ, ਤੁਸੀਂ ਖੋਜ ਕੇ ਵੇਖੋ ਧੰਨ ਗੁਰੂ ਗ੍ਰੰਥ ਸਾਹਿਬ ਦੇ ਖਜ਼ਾਨੇ ਨੂੰ, ਆਖੋ ਵਾਹਿਗੁਰੂ। ਨਾਨਕ ਬੋਲੋ, ਉੱਚੀ ਬੋਲੋ, ਹਰ ਜਲ ਜਿਨ ਪੀਆ, ਹਰੀ ਦੇ ਨਾਮ ਦਾ ਜਲ ਜਿਹਨਾਂ ਨੇ ਬੋੜ ਨਾ ਲੱਗ ਗਿਆ ਹੈ, ਫਿਰ ਤ੍ਰਿਸ਼ਨਾ ਨਹੀਂ ਲੱਗੀ, ਫਿਰ ਪਿਆਸ ਲੱਗੀ ਨਹੀਂ, ਇੱਕ ਬੂੰਦ ਦੀ ਟਿਕਾਣੇ 'ਤੇ ਪਈ, ਆਖੋ ਵਾਹਿਗੁਰੂ। ਬਸ ਫਿਰ ਮੰਗਣ ਦੀ ਸਮਰੱਥਾ ਹੀ ਨਹੀਂ ਰਹੀ, ਟਿਕਾਣੇ 'ਤੇ ਨਹੀਂ ਪਈ। ਅਰਦਾਸ ਕਰੋ ਗਰੀਬ ਨਵਾਜ, ਉਹ ਬੂੰਦ ਟਿਕਾਣੇ 'ਤੇ ਪੈ ਜਾਏ। ਤੁਸੀਂ ਕਹਿੰਦੇ ਹੋ ਬ੍ਰਹਮ ਬਿੰਦੇ ਦਿਸਦਾ ਬ੍ਰਹਮ ਤਰ੍ਹਾਂ ਹੈ, ਏਕ ਸ਼ਬਦ ਲਿਵਲਾਏ, ਨੌ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ। ਮਹਾਰਾਜ ਉਹ ਕਿਹੜੀ ਭਾਗਾਂ ਵਾਲੀ ਘੜੀ ਆਉਂਦੀ ਆ ਜਦੋਂ ਇਹ ਸਾਰੀਆਂ ਦਾਤਾਂ ਪਿੱਛੇ ਪਿੱਛੇ ਭੱਜਦੀਆਂ, ਅਜੇ ਤਾਂ ਮੈਂ ਦਾਤਾਂ ਦੇ ਪਿੱਛੇ ਭੱਜਦਾ। ਇਹ ਸਮਾਜ ਦੀ ਕਹਾਣੀ ਇਹ ਹੈ
ਗੁਰਦੁਆਰੇ ਵੀ ਜਾਂਦਾ ਹੈ, ਆਖੋ ਵਾਹਿਗੁਰੂ, ਤੇ ਇਹਦੀ ਅਰਦਾਸ ਇਹ ਨਹੀਂ ਹੁੰਦੀ ਕਿਤੇ ਨਾਮ ਜਲਦੀ ਪ੍ਰਾਪਤੀ ਹੋ ਜਾਏ, ਆਖੋ ਵਾਹਿਗੁਰੂ। ਸ਼ਬਦ ਅੱਗੇ ਵੀ ਇੱਕ ਦਿਨ ਕਿਹਾ ਸੀ, ਬਬੀਹਾ ਬੋਲੋ, ਤੂੰ ਨਾ ਜਾਣੀ ਉਹ ਮੰਗਣ ਵਾਲਿਆ, ਤੈਨੂੰ ਤੇ ਅਜੇ ਵੀ ਨਹੀਂ ਪਤਾ ਤੈਨੂੰ ਪਿਆਸ ਕਾਹਦੀ ਹੈ। ਆ ਵੀ ਗਿਆ ਹੈ ਕੂਏ ਦੇ ਉੱਤੇ, ਆ ਵੀ ਗਿਆ ਹੈ ਅੰਮ੍ਰਿਤ ਸਰੋਵਰ ਦੇ ਉੱਤੇ, ਮਗਰ ਭਾਗਾਂ ਵਾਲਿਆ ਤੈਨੂੰ ਅਜੇ ਇੰਨਾ ਨਹੀਂ ਪਤਾ ਵੀ ਤੈਨੂੰ ਪਿਆਸ ਕਾਹਦੀ ਹੈ। ਤੂੰ ਇੱਥੇ ਵੀ ਆਇਓ ਅਤੇ ਇੱਥੇ ਆਣ ਕੇ ਮੰਗਦਾ ਇੱਕ ਪੁੱਤ ਦੇ ਦਿਉ, ਇੱਕ ਧੀ ਦੇ ਦਿਉ, ਮੇਰਾ ਬੱਚਾ ਪਾਸ ਹੋ ਜਾਏ, ਮੇਰਾ ਘਰ ਵੱਡਾ ਬਣ ਜਾਏ। ਇਹ ਤਾਂ ਤੈਨੂੰ ਪਿਆਸ ਨਹੀਂ ਸੀ, ਜੇ ਤੇਰੀ ਇਹ ਪਿਆਸ ਹੈ ਤੇ ਜਿਹਨਾਂ ਕੋਲ ਵੱਡੇ ਘਰ ਨੇ ਇਹ ਤੇ ਸ਼ਾਂਤ ਹੋ ਜਾਣੇ ਚਾਹੀਦੇ ਸੀ, ਆਖੋ ਵਾਹਿਗੁਰੂ। ਕੀ ਕਹਿ ਰਿਹਾ ਦਾਸਰਾ, ਪਤਾ ਲੱਗ ਰਿਹਾ ਜੇ ਜਿਹਨਾਂ ਕੋਲ ਉਹ ਤੇ ਜਿਹਨਾਂ ਦੇ ਨਾਲ ਤੁਸੀਂ ਡਿਊਟੀ ਕਰਦੇ ਹੋ ਤੇ ਸ਼ਾਂਤ ਹੋਏ ਨਾ, ਆਖੋ ਵਾਹਿਗੁਰੂ। ਜਿਉਂ ਪਾਵਕ ਇੰਧਨ ਅੱਗ ਹੋਰ ਬਲਦੀ ਗਈ, ਬਬੀਹਾ ਤੂੰ ਨਾ ਜਾਣੀ। ਬਬੀਹਾ ਕਿਹਨੂੰ ਕਿਹਾ ਸੀ ਭਲਾ? ਜੀਵਾਤਮਾ ਨੂੰ। ਜੀਵਾਤਮਾ ਤੀਸਰੇ ਬਾਪੂ ਜੀ ਕਹਿੰਦੇ, ਜੀਵਾਤਮਾ ਤੂੰ ਤੇ ਜਾਣਦੀ ਨਹੀਂ ਤੈਨੂੰ ਪਿਆਸ ਕਾਹਦੀ ਹੈ, ਤੂੰ ਨਾ ਜਾਣੀ ਕਿਆ ਤੁਧ ਵਿੱਚ ਤਿੱਖ ਹੈ ਤੇ ਕਿਤ ਪੀਤੇ ਤਿੱਖ ਜਾਏ, ਕਿਹੜੀ ਚੀਜ਼ ਤੂੰ ਪੀਵੇਂ ਤੇ ਤੇਰੀ ਪਿਆਸ ਬੁੱਝੇ। ਤੈਨੂੰ ਤਾਂ ਪਤਾ ਹੀ ਨਹੀਂ ਅਜੇ ਇਸ ਗੱਲ ਦਾ, ਤੁਰੀ ਫਿਰਦੀ ਹੈ, ਰੋਜ਼ ਆਉਣੀ ਹੈ, ਕੂਏ ਦੇ ਉੱਤੇ ਆਈ, ਖੂਹ ਦੇ ਉੱਤੇ ਆਈ, ਸਰੋਵਰ 'ਤੇ ਆਈ, ਅਤੇ ਚੇਤਾ ਹੀ ਭੁੱਲ ਗਿਆ ਜਿਹੜੀ ਚੀਜ਼ ਘਰੋਂ ਮੰਗਣ ਆਈ ਸੀ। ਪੁੱਤ ਮੰਗਦੇ ਮੰਗਦੇ, ਧੀਆਂ ਮੰਗਦੇ ਮੰਗਦੇ, ਤੇਰੇ ਵੱਡੇ ਵਡੇਰੇ ਇੱਥੋਂ ਚਲੇ ਗਏ, ਉਦਾਸ ਗਏ, ਉਦਾਸ ਗਏ, ਮਰਨ ਲੱਗੇ ਦੇ ਚਿਹਰੇ ਤੋਂ ਸਪਸ਼ਟ ਉਦਾਸੀ ਪੜ੍ਹੀ ਜਾਂਦੀ ਸੀ, ਮੈਂ ਵਿਸ਼ਰਾਮ ਨਹੀਂ ਪਾ ਸਕਿਆ, ਉਦਾਸ ਹੋ ਕੇ ਚੱਲਿਆ। ਸੱਚਮੁੱਚੀ ਹਰ, ਆਖੋ ਵਾਹਿਗੁਰੂ, ਹਰ ਮਰਨ ਵਾਲਾ ਬੰਦਾ ਮਰਨ ਵੇਲੇ ਰੋਂਦਾ ਹੈ, ਅਤੇ ਰੋਂਦਾ ਉਹ ਹੁੰਦਾ ਜਿਹੜਾ ਫੇਲ ਹੋ ਕੇ ਆਵੇ। ਨੋਟ ਕਰਿਓ ਗੁਰੂ ਕੇ ਸਿੱਖੋ, ਜਿਹੜਾ ਜਿਹੜੇ ਪਾਸ ਹੋ ਕੇ ਗਏ। ਸੂਰਜ, ਆਖੋ ਵਾਹਿਗੁਰੂ, ਸੂਰਜ ਚੜ੍ਹਨ ਲੱਗਾ ਵੀ ਲਾਲ ਅਤੇ ਅਸਤ ਹੋਣ ਲੱਗਾ ਵੀ ਲਾਲ, ਉਹਦੇ ਵੀ ਤਾਂ ਕਿਹਾ ਸੀ, ਸਵਾ ਲੱਖ ਜਬ ਤੁਖੇ ਪਲੀਤਾ, ਸਵਾ ਲੱਖ ਜਬ ਤੁਖੇ ਤੁਖੇ ਤਵੇ ਖਾਲਸਾ ਉਹਦੇ ਅਸਤ ਜੀਤਾ। ਕਿਉਂ ਕਿਹਾ ਸੀ? ਮੇਰਾ ਖਾਲਸਾ ਨਾਮ ਨਾਮ ਜਪੂਗਾ, ਵਾਹਿਗੁਰੂ ਦਾ ਜਪੂਗਾ, ਜਿਸ ਤਰ੍ਹਾਂ ਸੂਰਜ ਉਦੇ ਹੋਣ ਲੱਗਾ ਵੀ ਲਾਲ ਹੁੰਦਾ ਹੈ ਅਤੇ ਅਸਤ ਹੋਣ ਲੱਗਾ ਵੀ ਲਾਲ ਹੁੰਦਾ, ਇਸ ਤਰ੍ਹਾਂ ਮੇਰੇ ਖਾਲਸੇ ਦਾ ਲਾਲ ਮੂੰਹ ਹੋਊਗਾ। ਕਿਉਂਕਿ ਗੇਮ ਨੂੰ ਗੁਰਮੁਖ ਹਾਰ ਚੱਲੇ ਜੱਗ ਜੀਤਾ, ਇੱਥੋਂ ਹਾਰ ਗਏ ਚੰਗਾ ਭਰਾਵਾ ਤੁਸੀਂ ਚੰਗੇ, ਆਖੋ ਵਾਹਿਗੁਰੂ। ਇੱਥੇ ਆਣ ਕੇ ਹਾਰਦਾ ਹੈ ਗੁਰਮੁਖੋ, ਧਿਆਨ ਦਿਓ। ਇਹ ਗੱਲਾਂ ਨਿੱਕੀਆਂ ਨਿੱਕੀਆਂ ਬਹੁਤ ਵਾਰ ਸੁਣੀਆਂ ਮਗਰ ਮੌਕਾ ਨਹੀਂ ਸਾਡੇ ਕੋਲ ਵੀ ਅਸੀਂ ਇਹਨਾਂ ਗੱਲਾਂ ਨੂੰ ਚਿੱਥੀਏ। ਕੋਈ ਬੰਦਾ ਗੱਲ ਕਰਦਾ ਕਹਿੰਦਾ ਨਹੀਂ ਤੂੰ ਗਲਤ ਹੈ, ਆਖੋ ਵਾਹਿਗੁਰੂ ਤੂੰ ਅਤੇ ਜਿੰਨਾ ਜਿੱਤਣਾ ਹੁੰਦਾ ਉਹ ਕਹਿੰਦੇ ਠੀਕ ਆ ਮੈਂ ਤੇਰੇ ਨਾਲ ਉਲਝਣਾ ਨਹੀਂ, ਮੈਂ ਤੇ ਅੱਗੇ ਦੌੜਨਾ, ਨਹੀਂ ਪਤਾ ਲੱਗਾ ਮੈਂ ਉਲਝਣਾ ਨਹੀਂ ਤੇਰੇ ਨਾਲ, ਮੈਂ ਤੇ ਮੇਰਾ ਟਾਰਗੇਟ ਉਸ ਲੀਕ 'ਤੇ ਜਾ ਕੇ ਹੱਥ ਲਾਉਣਾ ਹੈ, ਮੈਨੂੰ ਪਤਾ ਮੇਰਾ ਨਿਸ਼ਾਨਾ, ਮੈਂ ਪਾਸ ਉੱਥੇ ਹੋ ਸਕਦਾ ਜਿੱਥੇ ਮੈਂ ਲੀਕ 'ਤੇ ਜਾ ਕੇ ਹੱਥ ਲਾਉਣਾ ਹੈ। ਸ਼ਾਬਾਸ਼, ਕਰ ਲਓ ਕਰ ਲਓ ਕਰ ਲਓ ਕਰ ਲਓ, ਆਖੋ ਵਾਹਿਗੁਰੂ। ਇੱਧਰ ਵੇਖੋ ਜੀ,
ਮੇਰਾ ਟਾਰਗੇਟ ਕੀ ਹੈ ਵੀ ਮੈਂ ਉਸ ਲੀਗ 'ਤੇ ਹੱਥ ਲਾਊਂਗਾ ਅਤੇ ਰੈਫਰੀ ਕਹੂੰਗਾ ਜਿੱਤ ਗਿਆ। ਮੈਨੂੰ ਇਹ ਪਤਾ ਹੋਣਾ ਚਾਹੀਦਾ ਵੀ ਕਿਹੜੀ ਉਹ ਲੀਗ ਹੈ ਅਖਵੇ ਗੁਰੂ, ਕਿੱਥੋਂ ਤੱਕ ਮੈਂ ਪਹੁੰਚਣਾ ਵਾਂ। ਅਤੇ ਮੈਨੂੰ ਸਿਟੀ ਮਾਰ ਕੇ ਆਖੇ ਗੁਰਮੁਖ ਹਾਰ ਚੱਲੇ, ਇਹ ਦੁਨੀਆਂ ਦੇ ਵਾਦ ਵਿਵਾਦਾਂ ਵਿੱਚੋਂ ਗੁਰਮੁਖ ਹਾਰ ਗਿਆ। ਨਹੀਂ ਬਈ, ਮੇਰੇ ਵੱਸ ਦਾ ਰੋਗ ਨਹੀਂ, ਤੁਸੀਂ ਠੀਕ ਹੋ, ਤੁਸੀਂ ਪਾਸ ਹੋ, ਮਗਰ ਜੱਗ ਜੀਤਾ, ਜੱਗ ਨੂੰ ਜਿੱਤ ਕੇ ਚੱਲ ਜਾਂਦੇ। ਇਹਨਾਂ ਗੱਲਾਂ ਵਿੱਚ ਜਾਂਦੇ ਉਹ ਨੇ ਜਿਹੜੇ ਇੱਥੇ ਹਾਰੇ, ਹਾਰੋ ਜੀਤੇ, ਬੋਲੋ ਫਿਰ ਬੋਲੋ, ਉਹ ਸਮਝ ਲੱਗੀ, ਜਿਹੜਾ ਹਾਰਿਆ ਉਹ ਜਿੱਤਿਆ। ਬੂਡੋ ਤੇਰੇ, ਇਹ ਬਾਣੀ ਆ ਭਾਈ ਜੀ, 11-11 ਸਹਿਜ ਪਾਠ ਵੀ ਕਰ ਲਏ ਤੇ ਦਰਸ਼ਨ ਹੀ ਨਾ ਹੋਏ ਤੇ ਕੀਤਾ ਕੀ। ਹਾਰੋ ਜੀਤੇ, ਬਾਬੇ ਦੀ ਬਾਣੀ ਕਹਿੰਦੀ ਜਿਹੜਾ ਹਾਰਿਆ ਉਹ ਜਿੱਤਿਆ, ਤੇ ਜਿਹੜਾ ਡੁੱਬਿਆ ਉਹ ਤਰਿਆ। ਜਿੰਨਾ ਚਿਰ ਡੁੱਬਦਾ ਨਹੀਂ ਵੇਖਿਆ, ਜੇ ਲੱਤਾਂ ਮਾਰਦੇ ਲੋਕ ਲੜਦੇ ਨੇ ਉਹਨਾਂ ਚਿਰ ਪਾਣੀ ਦੇ ਨਾਲ, ਆਖੋ ਵੇ ਗੁਰੂ, ਉਹਨਾਂ ਚਿਰ ਪਾਣੀ ਨਾਲ ਲੜਦੇ ਨੇ ਜਿੰਨਾ ਚਿਰ ਡੁੱਬੇ ਨਹੀਂ। ਜਿਹੜਾ ਡੁੱਬ ਗਿਆ, ਕੋਸ਼ਿਸ਼ ਤਾਂ ਇਹ ਹੀ ਕਰਦਾ ਸੀ ਨਾ, ਮੈਂ ਲੱਤਾਂ ਮਾਰ ਕੇ ਬਾਹਾਂ ਮਾਰ ਕੇ ਤਰਾਂ। ਜਿਹੜਾ ਡੁੱਬ ਗਿਆ ਸੱਚੀ ਮੁੱਚੀ ਉੱਤੇ ਤਰਦਾ ਰਿਹਾ, ਫਿਰ ਉਹਨੂੰ ਕੋਈ ਡੁੱਬਣਾ ਵੀ ਚਾਹੁੰਦਾ ਤਾਂ ਡੁੱਬ ਨਹੀਂ ਸਕਦਾ। ਆਖੋ ਵਾਹਿਗੁਰੂ, ਅੱਜ ਮੇਰਾ ਸਾਹਿਬ ਕਹਿੰਦਾ ਹੇ ਵਾਹਿਗੁਰੂ, ਤੇਰੇ ਨਾਮ ਦੀ ਲੱਗੀ ਪਿਆਸ, ਐਸੀ ਪਿਆਸ ਲੱਗੀ, ਐਸੀ ਪਿਆਸ ਲੱਗੀ, ਬੁਝਦੀ ਨਹੀਂ, ਭਾਂਬੜ ਹੋਰ ਬਲਦੇ। ਇਹ ਤਾਂ ਜਿਹਨਾਂ ਜਿਹਨਾਂ ਨੇ ਜਪਿਆ ਉਹਨਾਂ ਨੂੰ ਪਤਾ ਹੈ। ਆਖੋ ਵਾਹਿਗੁਰੂ, ਬੋਲੋ ਨਾ, ਜਿਹਨਾਂ ਜਿਹਨਾਂ ਨੇ ਜਪਿਆ ਹੈ ਉਹਨਾਂ ਨੂੰ ਪਤਾ, ਦੂਸਰਿਆਂ ਨੂੰ ਨਹੀਂ। ਗੁਰੂ ਕਿਰਪਾ ਕਰੇ ਤੁਸੀਂ ਸਤਸੰਗੀ ਬਣ ਸਕੋ। ਸਤਸੰਗੀ 'ਚੋਂ ਅਗਲਾ ਪੜਾਅ ਹੈ ਅਭਿਆਸੀ ਦਾ, ਸਤਸੰਗਤ ਵਿੱਚੋਂ ਅਗਲਾ ਰੰਗ ਲੱਗਦਾ ਹੈ ਅਭਿਆਸ ਦਾ। ਆਖੋ ਵਾਹਿਗੁਰੂ, ਜਦੋਂ ਜੀਵ ਆਤਮਾ ਅਭਿਆਸ ਕਰਦੀ ਅਤੇ ਕਹਿੰਦੀ ਹੇ ਮੇਰੇ ਮਾਲਕ, ਮੈਨੂੰ ਤਾਂ ਪਤਾ ਹੀ ਨਹੀਂ ਸੀ ਇਹਦੇ ਵਿੱਚ ਇੰਨਾ ਰਸ ਆ, ਵਾਹਿਗੁਰੂ 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 ਸਤਨਾਮ। ਇੱਕ ਮੈਟਰ ਹੋਰ ਹੈ ਰਸ ਆਉਣ ਦਾ, ਧਿਆਨ ਦਿਓ ਜੀ। ਗੁਰੂ ਕਿਸੇ ਕੋਲ ਉੱਥੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਵੀ ਜਿੱਦਣ ਰਸ ਆਉਂਦਾ ਹੈ ਨਾ ਜੀਵ ਨੂੰ ਤੇ ਜੀਵ ਆਤਮਾ ਫਿਰ ਕਹਿ ਉੱਠਦੀ, ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ। ਫਿਰ ਦੱਸਦੀ ਹੈ, ਛੁਪਾਉਂਦੀ ਨਹੀਂ, ਮਗਰ ਉੱਥੇ ਕੋਈ ਜਾਵੇ ਆ ਸਾਰੀਆਂ ਬਲਾਮਤਾਂ ਗਲੋਂ ਲੱਥਣ ਤੇ ਕਵੇ ਨਹੀਂ ਪਤਾ ਲੱਗਦਾ ਇਹ ਸਾਰੀਆਂ ਬਲਾਮਤਾਂ ਤਾਂ ਕਵੇ ਨਾ। ਸੁਣੋ ਲੋਕਾ ਮੈਂ, ਤੈਨੂੰ ਕਿਤਨਾ ਪਤਾ ਲੱਗ ਗਿਆ ਨੀ,
ਵੀ ਤੂੰ ਪ੍ਰੇਮ ਦਾਰਾ ਸੀ ਅਤੇ ਬੇਅੰਤ ਤੁਰੇ ਫਿਰਦੇ ਜਿਹੜੇ ਵਿਚਾਰੇ, ਇੱਥੇ ਤੁਹਾਡੇ ਹੀ ਕਹਿੰਦੇ ਆ ਕੰਧਾਂ 'ਚੋਂ ਅੰਮ੍ਰਿਤ ਵਗਦਾ, ਮੈਂ ਨਹੀਂ ਮੰਨਦਾ। ਕੰਧਾਂ 'ਚੋਂ ਅੰਮ੍ਰਿਤ ਵਗਣ ਦੀ ਕਹਾਣੀ ਨੂੰ ਮੈਂ ਨਹੀਂ ਮੰਨਦਾ। ਅੰਮ੍ਰਿਤ ਬਾਟੇ ਵਿੱਚੋਂ ਆਉਂਦਾ ਅਤੇ ਬਾਣੀ ਵਿੱਚੋਂ ਆਉਂਦਾ ਹੈ। ਆਖੋ ਵਾਹਿਗੁਰੂ। ਕੋਈ ਤੁਹਾਡਾ ਨਵਾਂ ਛਲ ਹੋਊਗਾ, ਕਪਟ ਹੋਊਗਾ ਇਹ ਗੱਲ ਕਰਨ ਵਿੱਚ, ਕੰਧਾਂ 'ਚ ਅੰਮ੍ਰਿਤ, ਕੰਧਾਂ 'ਚੋਂ ਅੰਮ੍ਰਿਤ ਵਗਾਉਣਾ ਹੀ ਕਿਉਂ ਗੁਰੂ ਨੇ? ਬਾਣੀ ਵਿੱਚੋਂ ਵਗਦਾ ਹੈ, ਵਿੱਚ ਬਾਣੀ ਅੰਮ੍ਰਿਤ ਸਾਰੇ। ਖੈਰ ਤੈਨੂੰ ਕਿਤੇ ਪਤਾ ਲੱਗਿਆ ਨਹੀਂ? ਕਹਿੰਦੀ ਜਿੱਦਣ ਦਾ ਰਸ ਆ ਗਿਆ ਨਾ, ਪਹਿਲੀ ਕਹਾਣੀ ਦੁਰਜਨ ਅੰਦਰੋਂ ਮੁੱਕ ਗਏ ਨੇ ਦੁਸ਼ਮਣ ਜਿਹੜੇ ਸੀ ਨਾ, ਹੁਣ ਮੈਨੂੰ ਕਾਮ ਨਹੀਂ ਸਤਾਉਂਦਾ, ਇਹ ਦੁਸ਼ਮਣ ਨੇ ਮੇਰੇ। ਆਖੋ ਵਾਹਿਗੁਰੂ। ਹੁਣ ਮੈਨੂੰ ਗੁੱਸਾ ਨਹੀਂ ਆਉਂਦਾ। ਦੁਰਜਨ ਮਾਰੇ ਵੈਰੀ ਸੰਘਾਰੇ, ਇਹ ਤਾਂ ਸਿੱਧਾ ਸਪਸ਼ਟ ਜਿਹਾ ਹੀ ਰੂਟ ਆ, ਤੁਸੀਂ ਵੇਖ ਲਓ। ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰ ਮੌਕੋ ਹਰਨਾਮ ਦਿਵਾਇਆ। ਪਹਿਲੇ ਦਿਨ ਕੀ ਹੋਇਆ ਸੀ ਧਿਆਨ ਦਿਓ, ਜਿੱਦਣ ਤੈਨੂੰ ਰਸ ਆਇਆ ਪਹਿਲੇ ਦਿਨ ਹੀ ਕੀ ਹੋਇਆ ਸੀ? ਹਾਂਜੀ, ਕਹਿੰਦੇ ਪਹਿਲੇ ਦਿਨ ਜਿੱਦਣ ਮੈਂ ਸੁਹਾਗਣ ਹੋਈ ਨਾ, ਸੁਹਾਗਣ ਅਤੇ ਪਤੀ ਨੂੰ ਲੱਗ ਗਈ ਚੰਗੀ, ਉਹਨੂੰ ਪਤਾ ਸੀ ਇਹਨੂੰ ਸੱਸ ਨੇ ਸਤਾਉਣਾ ਹੈ। ਇਹਨੂੰ ਸੱਸ ਕੌਣ? ਜਿਹੜੀ ਪਹਿਲੀ ਬੁੱਧੀ ਸੀ ਕੀ ਜੀ? ਪਤਾ ਲੱਗ ਰਿਹਾ ਨਾ ਜੀ ਗੁਰੂ ਕਿਸੇ ਕੋ? ਸੱਸੂ ਅਤੇ ਫਿਰ ਕਿੰਨੀ ਵਾਕ, ਸੱਸੂ ਅਤੇ ਫਿਰ ਮੇਰੇ ਪਤੀ ਨੇ ਉਹਦੇ ਤੋਂ ਵੱਖ ਕਰਤੀ, ਤੂੰ ਇਕੱਲੀ ਰਿਹਾ ਕਰ, ਤੈਨੂੰ ਹੁਣ ਆ ਗਿਆ ਰਸ। ਸੱਸ ਇਹ ਨਹੀਂ ਵੀ ਤੁਸੀਂ ਸਵੇਰੇ ਜਾ ਕੇ ਕਹੋ ਵੀ ਮੈਂ ਸੱਸ ਤੋਂ ਵੱਖ ਹੋਣਾ, ਉਹਦੀ ਕਹਾਣੀ ਨਹੀਂ, ਜਿਹੜੀ ਪਹਿਲੀ ਬੁੱਧੀ। ਆਖੋ ਵਾਹਿਗੁਰੂ। ਜਿਹਦੇ ਵਿੱਚੋਂ ਮੈਂ ਪੈਦਾ ਹੋਈ ਹਾਂ, ਸੱਸੂ ਅਤੇ ਕਿੰਨੀ ਵਾਰ, ਫਿਰ ਰੱਖਿਆ ਕਿੰਨੀ ਸੂੜ ਸਜਾਣ, ਫਿਰ ਪਤੀ ਪਰਮੇਸ਼ੁਰ ਨੇ ਮੇਰੀ ਰੱਖਿਆ ਕੀਤੀ, ਮੈਨੂੰ ਰਸ ਆ ਗਿਆ, ਮੈਨੂੰ ਇਹ ਵੀ ਡਰ ਨਹੀਂ ਰਿਹਾ ਵੀ ਹੁਣ ਇਹ ਰਸ ਮੇਰਾ ਜਾਂਦਾ ਰਹੂਗਾ। ਆਖੋ ਵਾਹਿਗੁਰੂ। ਦੇਰ ਜਠੇਰੇ ਕੀ ਚੁੱਕੀ ਕਾਣ, ਚੁੱਕੀ ਹੁਣ ਨਾ ਦਿਓਰ ਦੀ ਮਛਿੰਦਗੀ, ਵੇਖੋ ਭਗਵਾਨ ਵਾਲੇ ਟਿਕੇ ਹੋ ਨਾ, ਨਾ ਹੁਣ ਦਿਓਰ ਦੀ ਮਛਿੰਦਗੀ, ਨਾ ਹੁਣ ਜੇਠ ਦੀ ਮਛਿੰਦਗੀ। ਪਤੀ ਆ ਗਿਆ ਨਾ ਕੋਲ, ਰਸ ਆ ਗਿਆ ਨਾ ਅੰਦਰ। ਮੈਂ ਆਪ ਜੀ ਨੂੰ ਮੈਨੂੰ ਨਹੀਂ ਆਇਆ, ਮੈਂ ਇਹ ਨਹੀਂ ਕਹਿੰਦਾ ਮੈਨੂੰ ਆਇਆ। ਆਖੋ ਵਾਹਿਗੁਰੂ। ਮਗਰ ਸਾਡਾ ਸਿਲੇਬਸ ਦੱਸ ਰਿਹਾ ਵੀ ਇਸ ਤਰ੍ਹਾਂ ਹੈ, ਜਿੱਦਣ ਤੋਂ ਜੀਵ ਆਤਮਾ ਨੂੰ, ਆਖੋ ਵਾਹਿਗੁਰੂ, ਜਿੱਦਣ ਤੋਂ ਜੀਵ ਆਤਮਾ ਨੂੰ ਰਸ ਆਉਂਦਾ ਹੈ, ਉਦਣ ਤੋਂ ਪਹਿਲੀ ਬੁੱਧੀ ਖਤਮ ਹੋ ਜਾਂਦੀ। ਬੰਦਾ ਨਾਮ ਜਪਣ ਵਾਲਾ ਵੀ ਗੱਲ ਉਹੀ ਕਰੇ ਜਿਹੜੀ 10 ਸਾਲ ਪਹਿਲੋਂ ਕਰਦਾ ਸੀ। ਆਖੋ ਵਾਹਿਗੁਰੂ। ਪਤਾ ਲੱਗ ਰਿਹਾ ਜੀ? ਇੱਕ ਨਾਮ ਜਪਣ ਵਾਲਾ ਕਹਿੰਦਾ ਵੀ ਮੈਨੂੰ ਰਸ ਆ ਗਿਆ, ਅਤੇ ਗੱਲਾਂ ਉਹੀ ਕਰਦਾ ਜਿਹੜੀਆਂ ਜਵਾਨੀ ਵੇਲੇ ਕਰਦਾ ਸੀ, ਨਿੰਦਾ ਵੀ ਚੁਗਲੀ ਵੀ ਵਿੱਚ ਘੁੱਟੀ ਜਾਂਦਾ ਸਭ ਕੁਛ, ਅਤੇ ਨਾਲੇ ਕਹੀ ਜਾਂਦਾ ਮੈਨੂੰ ਰਸ। ਇਸ ਤਰ੍ਹਾਂ ਨਹੀਂ ਹੁੰਦਾ। ਜਿੱਦਣ ਰਸ ਆਇਆ, ਕਹੇ ਨਾਨਕ ਹੋਰ ਅਨਰਸ ਸਭ ਵਿਸਰੇ, ਕਿੱਦਣ? ਖੁੱਲ੍ਹ ਕੇ ਬੋਲੋ, ਅਰਥਾ ਪਿਆ ਜੂਗਾ। ਜਾ ਮੈਨੂੰ ਜਦੋਂ ਦਾ ਹਰੀ ਦਾ ਰਸ ਆ ਗਿਆ, ਹੁਣ ਚੁਗਲੀ ਦਾ, ਨਿੰਦਾ ਦਾ, ਦੂਈ ਦਾ, ਦਵੈਤ ਦਾ ਰਸ ਸਭ ਜਾਂਦਾ ਰਿਹਾ, ਇਹ ਨਿਸ਼ਾਨੀ। ਪਿਤਾ ਜੀ ਕਹਿੰਦੇ ਤੇਰੇ ਨਾਮ ਦਾ ਜਲ ਪੀਤਾ ਅਤੇ ਅੰਦਰ ਅੱਗ ਬਲ ਪਈ, ਜਲ ਮੈਂ ਅਗਨ ਉੱਠੀ, ਅਤੇ ਹੁਣ ਮੈਨੂੰ ਇਹ ਵੀ ਪਤਾ ਲੱਗਾ ਹੈ ਵੀ ਤੂੰ ਕਿਤੇ 2-4 ਬੂੰਦਾਂ ਦਾ ਸਾਗਰ ਨਹੀਂ, ਤੂੰ ਜਲ ਨਿਧ। ਬੋਲੋ ਭਲਾ, ਜਲ ਨਿਧ ਮੀਨ ਤੂੰ ਨਾਮ ਜਲ ਦਾ ਆਏ ਕੰਗ ਤੋਂ ਲੈ ਕੇ 1430 ਅੰਗ ਤੱਕ ਕੀ ਹੈ
ਰੱਜ ਕੇ ਬੋਲੋ ਨਾ, ਫਿਰ ਬੋਲੋ, ਨਾਮ ਤੱਕ ਖਜ਼ਾਨਾ ਹੀ ਹੈ ਨਾ। ਇੱਕ ਇੱਕ ਅੰਗ ਤੇ ਜਿੱਥੋਂ ਹੁਕਮਨਾਮਾ ਲਓਗੇ, ਜਪ ਮਨ ਸਤਨਾਮ ਸਦਾ ਸਤਨਾਮ, ਰਾਮ ਜਪੋ ਜੀ, ਜਪਣ ਦਾ ਨਾਮ ਦੀ ਕਹਾਣੀ। ਦੂਸਰਾ ਕੋਈ ਇੱਕ ਸ਼ਬਦ ਮੈਨੂੰ ਕੱਢ ਕੇ ਵਿਖਾ ਦਿਓ ਜਿਹਦੇ 'ਚ ਨਾਮ ਦੀ ਕਹਾਣੀ ਨਹੀਂ ਗੁਰੂ ਨੇ ਪਾਈ। ਆਖੋ ਹੇ ਗੁਰੂ, ਗੁਰਪੂਰੇ ਮੇਰੀ ਕੀ ਕਿਤਨਾ ਰੱਖ ਲਈ, ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ, ਜਨਮ ਜਨਮ ਕੀ ਨਿਵਰੇ ਦੂਤ ਦੁਸ਼ਟ ਪੈਰਾਈ, ਸਭ ਕੁਛ ਸਫਾਈ ਕੀਤਾ ਕੀ ਹੋ ਗੁਰਪੂਰੇ ਕਾ, ਹੁਣ ਨਹੀਂ ਡਰ ਆਉਂਦਾ। ਕਹਿੰਦੀ ਕਹਾਂ ਕਰੇ ਕੋਈ ਵਿਚਾਰਾ, ਬ੍ਰਹਮ ਮੇਰੇ ਕੋ ਵੱਡ ਪ੍ਰਤਾਪ, ਸਿਮਰ 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 ਸੁੱਖ ਪਾਇਆ, ਚਰਨ ਕਮਲ ਰੱਖ ਮਨ ਮਾਈ। ਤੇ ਫਿਰ ਕੇਸਗੜ੍ਹ ਦੇ ਸਾਹਮਣੇ ਖਲੋ ਕੇ ਤਾਂ ਨੂੰ ਵੇਖ ਕੇ ਆਖਿਓ, ਤਾਂ ਕੀ ਸ਼ਰਨ ਭਰਿਓ ਨਾਨਕ ਦਾਸ, ਜਾ ਤੇ ਉੱਪਰ ਇੱਕ ਕੇਸਗੜ੍ਹ ਸਾਲ ਵਾਲਾ ਸਹਿਬਿਆਰਾ ਜਾਨ ਰਾਜ ਪਾਨ ਪਾਨ ਤੇ ਵਾਨ ਦੇਵ ਉਪਮਾ ਮਹਾਨ, ਐਵੇਂ ਕਿਸੇ ਹੋਰ ਇੱਕ ਦੋ ਤਿੰਨ ਚਾਰ ਪੰਜ ਬੰਦਿਆਂ ਦੇ ਬੂਹੇ ਅੱਗੇ ਖਲੋ ਕੇ ਨਾ ਆਖਿਓ, ਤਾਂ ਕਿ ਸ਼ਰਨ ਭਰਿਓ ਨਾਨਕ ਦਾਸ, ਜਾ ਤੇ ਉੱਪਰ ਕੋ ਨਹੀਂ। ਨਾ ਨਾ ਨਾ, ਸਾਰਿਆਂ ਦੇ ਉੱਤੇ ਹੈਗੇ, ਸਾਰਿਆਂ ਦੇ। ਜੇ ਜੀਂਦਾ ਨਹੀਂ ਤੇ ਮਰੇ ਦੀ ਫੋਟੋ ਲਾਈ ਹੈ, ਸਾਡੇ ਵੱਡੇ ਬਾਬਾ ਜੀ ਸੀ, ਲਾਈ ਕਿ ਨਹੀਂ ਬੋਲੋ ਨਾ ਗੁਰੂ ਕਿਸੇ, ਇਹ ਸਾਡੇ ਵੱਡੇ ਇਹ ਵੱਡੇ ਮਹਾਂਪੁਰਸ਼ ਨੇ, ਇੱਕੋ ਹੀ ਘਰ ਹੈ ਜਿੱਥੋਂ ਕੋਈ ਵੱਡਾ ਨਹੀਂ, ਅਤੇ ਉਹਨੇ ਤੁਹਾਨੂੰ ਵੱਡਾ ਬਣਾਇਆ ਸੀ। ਆਖੋ ਹੇ ਗੁਰੂ, ਲੱਗ ਕੇ ਬੋਲੋ ਨਾ, ਮੇਰੇ ਸਾਹਿਬ ਜੀ ਅੱਜ ਕਹਿੰਦੇ ਐਸੀ ਅੱਗ ਉੱਠੀ ਮੈਨੂੰ ਪਤਾ ਲੱਗਾ ਤੂੰ ਜਲ ਨਿਧ, ਅਤੇ ਮੇਰੇ ਵੱਡੇ ਭਾਗ ਨੇ ਹਾਂ ਜਲ ਕਾ ਮੀਨ, ਮੀਨ ਬਣੇ ਸੁਚੇਤ ਰਹੋ, ਮੀਨ ਬਣੇ ਮੱਛੀ, ਮੈਂ ਜਲ ਦੀ ਮੱਛੀ ਹਾਂ ਅਤੇ ਤੂੰ ਜਲ ਦਾ ਖਜ਼ਾਨਾ ਹੈ। ਸੰਬੰਧ ਵੇਖੋ ਕਿੰਨਾ ਜੁੜਿਆ। ਰਾਤੀ ਵੀ ਬੇਨਤੀ ਕੀਤੀ, ਬਹੁਤ ਸੰਗਤ ਸੀ ਉੱਥੇ ਹਰੀਕੇ ਪੱਤਣ ਦੇ ਲਾਗੇ ਜਿੱਥੇ ਸ਼ਾਮ ਸਿੰਘ ਜੀ ਅਟਾਰੀ ਵਾਲੇ ਸ਼ਹੀਦ ਹੋਏ, ਉਸ ਜਗ੍ਹਾ 'ਤੇ ਰਾਤੀ ਦੀਵਾਨ ਸੀ। ਆਖੋ ਵਾਹਿਗੁਰੂ, ਦਾਸ ਨੇ ਬੇਨਤੀ ਕੀਤੀ ਸੀ, ਕਰੈਕਟਰ ਦੋ ਨੇ, ਨੋਟ ਕਰਿਓ ਜੀ ਪੜ੍ਹੇ ਲਿਖੇ ਵਿੱਚ, ਕਰੈਕਟਰ ਦੋ ਨੇ ਕਿਹੜੇ ਕਿਹੜੇ, ਗੁਰੂ ਦਾ ਅਤੇ ਸਿੱਖ ਦਾ। ਗੁਰੂ ਦਾ ਕੀ ਸਾਡੇ ਇੰਨੇ ਰਿਸ਼ਤੇ ਰਹਿ ਗਏ? ਵੇਖੋ ਨਾ ਚਿੱਥੀ ਹੈ, ਚਿੱਥੀ ਹੈ ਇਹ ਦਰਬਾਰ ਇਸ ਤਰ੍ਹਾਂ ਦਾ ਜਿੱਥੇ ਆਪਾਂ ਬੈਠੇ ਹਾਂ। ਵੀ ਸਾਰੇ ਵਰਲਡ ਵਿੱਚ ਲੋਕ ਕਹਿੰਦੇ ਵੀ ਉੱਥੋਂ ਦੀ ਰਿਕਾਰਡਿੰਗ ਸਾਨੂੰ ਬਹੁਤ ਪਿਆਰੀ ਲੱਗਦੀ, ਤੁਸੀਂ ਟਿਕਦੇ ਹੋ ਪਾਗਾਂ ਵਾਲੇ ਹੋ। ਆਖੋ ਵਾਹਿਗੁਰੂ, ਕਰੈਕਟਰ ਕਿਹੜੇ ਕਿਹੜੇ, ਗੁਰੂ ਦਾ ਦੋ ਹੀ ਰਹਿ ਗਏ, ਜਿੱਥੋਂ ਨਾ ਗੁਰੂ ਕਿਸੇ ਕੋ ਦੋ ਹੀ ਰਹਿ ਗਏ। ਵੇਖੋ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ, ਫਲਾਣੇ ਥਾਂ ਵੀ ਜਾਂਦੇ ਹਾਂ, ਫਿਰ ਤਾਂ ਕਰੈਕਟਰ ਦੋ ਨਾ ਰਹੇ, ਫਿਰ ਤਾਂ ਪਤਾ ਹੀ ਨਹੀਂ। ਜੋੜੀ ਚੱਲੋ, ਜੋੜੀ ਚੱਲੋ, ਜੋੜੀ ਚੱਲੋ, ਜੋੜੀ ਚੱਲੋ, ਉਨੀ ਗਿਣਤੀ ਭੁੱਲ ਜੂਗੀ ਜਿੰਨੇ ਲੋਕਾਂ ਦੇ ਨਾਲ ਲੋਕ ਜੁੜੇ ਪਏ ਆ। ਇੱਕ ਗੱਲ ਤੂੰ ਇੱਥੇ ਬਣਾ ਲਾ ਵੀ ਤੂੰ ਜਲ ਨੇ ਦਾ ਖਜ਼ਾਨਾ ਹੈ ਅਤੇ ਮੈਂ ਜਲ ਦੀ ਮੱਛੀ ਹਾਂ, ਬਸ ਦੂਸਰਾ ਰਿਸ਼ਤਾ ਹੀ ਕੋਈ ਨਹੀਂ। ਕਰ ਲਏਗਾ ਜਿੱਦਣ ਲਾਏ ਦਾ ਸੌਦਾ ਹੀ, ਇਹਨਾਂ ਨੋਟ ਕਰ ਲਈ ਕੀ ਕਿਹਾ, ਜਿੱਦਣ ਇਹ ਸਮਝੌਤਾ ਗੁਰੂ ਨਾਲ ਕਰ ਲਾਂਗਾ, ਤੂੰ ਜਲ ਦਾ ਖਜ਼ਾਨਾ ਹੈ ਅਤੇ ਮੈਂ ਜਲ ਦੀ ਸੱਚੀ ਮੁੱਚੀ ਵੇਖੀ, ਇਹ ਵੀ ਕਿੰਨਾ ਮਿਹਰਬਾਨ ਹੁੰਦਾ। ਆਖੋ ਵਾਹਿਗੁਰੂ, ਜਿਹੜੀ ਪਤਨੀ ਆਪਣੇ ਪਤੀ ਨੂੰ ਕਹੇ ਜੀ ਮੈਂ ਤਾਂ ਤੁਹਾਡੇ ਤੋਂ ਬਿਨਾਂ ਟਾਕੀ ਨਹੀਂ ਕਿਸੇ ਕੋਲੋਂ ਲੈਣੀ, ਭਾਵੇਂ ਮੈਨੂੰ ਪੇਕੇ ਸੂਟ ਸਵਾ ਕੇ ਦੇਣ 5,000 ਦਾ, ਆਖੋ ਵਾਹਿਗੁਰੂ, ਮੈਂ ਤਾਂ ਜਿਹੜੀ ਤੁਸੀਂ ਭਾਵੇਂ ਫਟਿਆ ਮਾੜਾ ਗਰੀਬ ਵਾਲਾ 5 ਰੁਪਈਏ ਮੀਟਰ ਵਾਲਾ ਕੱਪੜਾ ਮੇਰੇ ਸਰੀਰ 'ਤੇ ਪਾਓਗੇ, ਮੈਂ ਤਾਂ ਸੁਹਾਗਣ ਤਾਂ ਖਵਾਉਂਗੀ ਜੇ ਤੇਰਾ ਦਿੱਤਾ ਪਾਇਆ ਤਾਂ।
ਅਤੇ ਸੱਚੀ ਮੁੱਚੀ ਫਿਰ 5 ਰੁਪਈਏ ਵਾਲਾ ਕੱਪੜਾ ਹੀ ਜੋ ਸੁਹਾਗਣ ਦੀ ਇੱਜ਼ਤ ਵਧਾਉਂਦਾ ਹੈ, ਜੋ ਸੁਹਾਗਣ ਨੂੰ ਸੋਹਣਾ ਲੱਗਦਾ ਹੈ, ਕਿਹੜਾ 5 ਰੁਪਈਏ ਵਾਲਾ। ਅਤੇ ਭਾਵੇਂ ਤੁਸੀਂ ਕਮਜਾਤ ਨੇ 5 ਕਰੋੜ ਰੁਪਈਏ ਦਾ ਸੂਟ ਪਾਇਆ ਹੋਵੇ, ਮਗਰ ਪਤੀ ਦਾ ਨਾ ਹੋਵੇ, ਫਿਰ ਸ਼ੋਭਾ ਨਹੀਂ ਬਣਦੀ। ਤੁਸੀਂ ਮੁੜ ਮੁੜ ਕੇ ਦਸਰਾ ਤੁਹਾਨੂੰ ਕਹਿੰਦਾ ਇਹ ਸੌਦਾ ਅੱਜ ਕਰ ਲਓ, ਇਹ ਅੱਜ ਵਾਸ਼ ਕਰ ਦਿਓ। ਜੇ ਕਿਤੇ ਕਿਸੇ ਦਾ ਹੋਰ ਕਰੈਕਟਰ ਰੱਖਿਆ, ਤੂੰ ਜਲਨਿਦ ਹਾਂ ਜਲ ਕਾ ਮੀਨ, ਅਤੇ ਵੇਖ ਮੇਰੀ ਕਿਸਮਤ ਵੇਖ ਸਾਹਿਬਾ ਜਲ ਮੈਂ ਰਹੂੰ, ਨਹੀਂ ਆਉਂਦੀ ਬਾਣੀ ਜਲ ਮੈਂ ਰਹੂੰ, ਰਹਿੰਦੀ ਵੀ ਇੱਥੇ ਹੀ ਆ, ਇੱਥੇ ਹੀ ਰਹਿੰਦੀ ਹਾਂ ਅਤੇ ਮਰਦੀ ਵੀ ਇੱਥੋਂ ਹੀ ਬਿਨਾਂ। ਮੱਛੀ ਪਾਣੀ ਵਿੱਚ ਰਹਿੰਦੀ ਆਖੋ ਵਾਹਿਗੁਰੂ, ਅਤੇ ਪਾਣੀ ਤੋਂ ਬਿਨਾਂ ਹੀ ਮਰਦੀ ਆਖੋ ਵਾਹਿਗੁਰੂ। ਤੁਹਾਨੂੰ ਇਸ ਗੱਲ ਦਾ ਖਿਆਲ ਹੋਊ, ਸਮਾਂ ਦੌੜ ਗਿਆ, ਇਸ ਗੱਲ ਦਾ ਖਿਆਲ ਹੋਊ, ਮੱਛੀ ਪਾਣੀ ਪੀਂਦੀ ਨਹੀਂ, ਪਤਾ ਜੇ ਸੈਕਟਰੀ ਸਾਹਿਬ, ਪਤਾ ਜੇ ਮੱਛੀ ਪਾਣੀ ਪੀਂਦੀ ਨਹੀਂ। ਜਿੱਦਣ ਇੱਕ ਬੂੰਦ ਵੀ ਉਹਦੇ ਅੰਦਰ ਪਾਣੀ ਦੀ ਕਿਤੇ ਚੱਲ ਜੇ, ਉਸੇ ਵੇਲੇ ਮਰ ਜਾਂਦੀ। ਤੁਸੀਂ ਵੀ ਰਹਿੰਦੇ ਰੋਜ਼ ਗੁਰੂ ਗ੍ਰੰਥ ਸਾਹਿਬ ਕੋਲੋਂ, ਇੱਕ ਕਿਨਕਾ ਵੀ ਕਿਤੇ ਅੰਦਰ ਨਹੀਂ ਗਿਆ। ਜਿੱਦਣ ਚਲੇ ਗਿਆ ਉਦਣ ਆ ਚਤਰਾਈਆਂ ਮਰ ਗਈਆਂ, ਭੱਜਣਾ ਭੱਜ ਮਰ ਗਿਆ, ਦੌੜਾਂ ਮੁੱਕ ਗਈਆਂ। ਜਿੱਦਣ ਇੱਕ ਬਾਣੀ ਦੇ ਇੱਕ ਕਿਨਕਾ ਏਕ ਜਿਸ ਜੀਵ ਸਾਹਿਬ, ਫਿਰ ਉਹਦੀ ਮਹਿਮਾ ਕੀ ਲਿਖੋਗੇ, ਕੀ ਲਿਖੋਗੇ? ਆਖੋ ਵਾਹਿਗੁਰੂ, ਕਰਕੇ ਬੋਲੋ ਨਾ। ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾਬੇ ਕਰਨ ਵਿੱਚ। ਇੱਕ ਬੂੰਦ ਵੀ ਜਿਹਦੇ ਅੰਦਰ ਚਲੇਗੀ, ਜਿਸ ਤਰ੍ਹਾਂ ਮੱਛੀ ਮਰ ਜਾਂਦੀ ਹੈ ਨਾ ਪਾਣੀ ਦੀ ਬੂ, ਰਹਿੰਦੀ ਪਾਣੀ 'ਚ, ਮਰਦੀ ਵੀ ਪਾਣੀ ਤੋਂ ਬਿਨਾਂ। ਆਖੋ ਵਾਹਿਗੁਰੂ, ਜਲ ਮੈਂ ਰਹੂੰ ਜਲੇ ਬਿਨ ਖੀਨ, ਰਹਿੰਦੀ ਵੀ ਜਲ ਵਿੱਚ। ਆਪਾਂ ਰਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਕੋਲ, ਮੱਥਾ ਟੇਕਦੇ, ਵਿਆਹ ਸ਼ਾਦੀ ਜੱਜ ਕਾਜ ਪ੍ਰਥਾ ਸਾਰੇ ਜਗ੍ਹਾ 'ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਲਿਆਉਂਦੇ ਹਾਂ, ਮਗਰ ਕਿੰਨੀ ਬਦਕਿਸਮਤੀ ਆ, ਇੱਕ ਬੂੰਦ ਨਹੀਂ ਪੀ ਸਕੇ। ਇਸ ਤਰ੍ਹਾਂ ਹੀ ਆ, ਮੰਨ ਲਓ ਹੱਥ ਜੋੜ ਕੇ ਗੁਰੂ ਸਾਹਿਬ ਨੂੰ ਕਹੋ ਸਾਡੇ ਕੋਲੋਂ ਪਲ ਹੋਈ, ਅਸੀਂ ਤੇਰੀ ਇੱਕ ਬੂੰਦ ਵੀ ਨਹੀਂ ਪੀ ਸਕੇ। ਇੱਕ ਸ਼ਬਦ ਦੀ ਗੱਲ ਕਰਦੇ, ਇੱਕ ਸ਼ਬਦ ਲਿਵ ਲਾਏ, ਇੱਕ ਸ਼ਬਦ ਨਾਲ ਤੇਰੀ ਮੇਰੀ ਲਿਵ ਨਹੀਂ ਜੋੜ ਸਕੀ ਗਰੀਬ ਨਵਾਜ਼ ਪਾਤਸ਼ਾਹ, ਤਾਂ ਤੜਫਦੀ ਫਿਰਦੀ ਹਾਂ, ਤਾਂ ਖਜ਼ਾਨਿਆਂ ਦੀ ਮਾਲਕ ਨਹੀਂ। ਜਲ ਦੇ ਖਜ਼ਾਨੇ ਦੀ ਮਾਲਕ ਹਾਂ, ਗੁਰੂ ਦਾ ਖਜ਼ਾਨਾ ਸਿੱਖ ਲਈ ਆ। ਆਖੋ ਵਾਹਿਗੁਰੂ, ਉੱਚੀ ਬੋਲੋ ਹਾਂ ਭਲਾ, ਮੈਂ ਕੀ ਕਿਹਾ? ਗੁਰੂ ਦਾ ਕਿਹਦੇ ਲਈ ਆ? ਸਿੱਖ ਲਈ ਆ। ਮਗਰ ਸਿੱਖ ਹੀ ਆਪਣੇ ਖਜ਼ਾਨੇ ਦਾ ਮਾਲਕ ਨਾ ਬਣ ਸਕਿਆ। ਪਿਓ ਦਾਦੇ ਕਾ ਤਾਂ ਮੇਰੇ ਮਨ, ਪਿੱਛੇ ਜਾ ਕੇ ਜੋ ਲਿਖਿਆ ਹੈ ਨਾ ਗੁਰੂ ਕੇ ਸਿੱਖੋ, ਉਹਨੂੰ ਨੋਟ ਕਰ ਲਓ, ਫਿਰ ਮੈਂ ਅੱਜ ਦੀ ਵਚਨ ਨੂੰ ਉਚਾਰ ਕਰਾਂ। ਆਖ ਵਾਹਿਗੁਰੂ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਬੋਲੋ ਅਰਥ ਕਰ ਲੋਗੇ? ਹੇ ਨਾਨਕ ਜਿਹਦੇ ਮਸਤਕ ਤੇ, ਸੋ ਏਤ ਖਜ਼ਾਨੇ ਲਿਆ ਰਲਾਏ। ਤੁਸੀਂ ਬੈਂਕ ਆਫ ਅਮੈਰੀਕਾ ਦੇ ਵਿੱਚ ਅਕਾਊਂਟ ਖੁਲਾ ਸਕਦੇ ਹੋ, ਕੈਨੇਡਾ ਦੇ ਬੈਂਕਾਂ 'ਚ ਅਕਾਊਂਟ ਖੁਲਾ ਸਕਦੇ ਹੋ, ਪਛਾਣ ਪੱਤਰ ਦਿਓ, ਮਗਰ ਇਸ ਖਜ਼ਾਨੇ ਵਿੱਚ, ਇਸ ਬੈਂਕ ਵਿੱਚ ਅਕਾਊਂਟ ਉਦਣ ਖੁੱਲ੍ਹਣਾ ਜਿੱਦਣ ਮਸਤਕ ਦੇ ਲੇਖ ਹੋਏ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਫਿਰ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ
ਸੋਈ ਸੋਈ ਜਾਗੀ, ਜਨਮਾਂ ਦੀ ਸੁੱਤੀ ਤਕਦੀਰ ਜਾਗ ਉੱਠਣੀ ਆ ਜਦੋਂ ਇੱਥੇ ਅਕਾਊਂਟ ਖੁੱਲ ਗਿਆ, ਮਾਲਕ ਬਣ ਜਾਓਗੇ, ਗੁਰੂ ਕਿਰਪਾ ਕਰੇ, ਰਹਿਮਤ ਕਰੇ, ਮੱਛੀ ਤੋਂ ਕੁਝ ਸਿੱਖੋ। ਮੱਛੀ ਕਹਿੰਦੀ ਤੇਰੇ 'ਚ ਹੀ ਰਹਿੰਦੀ, ਤੇਰੇ ਤੋਂ ਬਿਨਾਂ ਮਰਦੀ, ਚੱਲਣੀ ਕੰਮ ਭਾਗੀਆਂ ਵਾਲੀਏ, ਮੈਂ ਤੈਨੂੰ 10 ਦੇ ਵਿੱਚੋਂ 10 ਨੰਬਰ ਦੇਣਾ, ਤੈਨੂੰ ਇੰਨਾ 'ਤੇ ਪਤਾ ਲੱਗ ਗਿਆ ਮੇਰਾ ਮਰਨਾ ਵੀ ਤੇਰੇ ਨਾਲ ਅਤੇ ਜੀਣਾ ਵੀ ਤੇਰੇ ਨਾਲ। ਲੋਕ ਬਹੁਤ ਸਾਰੇ ਨੇ ਜਿਹੜੇ ਮਰਦੇ ਵੀ ਕਿਸੇ ਲਈ ਨੇ ਅਤੇ ਜਿੰਦੇ ਵੀ ਕਿਸੇ ਲਈ ਆ। ਆਖੋ ਵਾਹਿਗੁਰੂ ਕਰਕੇ ਬੋਲੋ ਨਾ। ਉਹ ਪਿੱਛੇ ਜੇ ਵੇਖਿਆ ਪਖੰਡੀ ਜੇ ਬਾਬੇ ਲਈ ਪੰਚਕੂਲੇ ਦੇ ਵਿੱਚ ਕਿੰਨੇ ਲੋਕ ਗੋਲੀਆਂ ਖਾ ਕੇ ਮਰ ਗਏ, ਇਤਨਾ ਹੀ ਹੋਇਆ ਜੀ। ਬੋਲੋ ਨਾ ਗੁਰੂ ਕਿਸੇ ਕੋਲ। ਮਗਰ ਇਹਦੇ ਲਈ ਮਰਦੇ ਵੀ ਬਹੁਤ ਘੱਟ ਆ ਅਤੇ ਜਿੰਦੇ ਵੀ, ਜਿਹੜੇ ਇਹਦੇ ਲਈ ਮਰੇ ਉਹ ਇਤਿਹਾਸ ਸਿਰਜ ਗਏ। ਵੇਖੋ ਸੱਚ ਲਈ ਮਰਨਾ ਵੀ ਕਿੱਡੀ ਮੁਬਾਰਕ ਗੱਲ ਆ। ਭਾਈ ਤਾਰੂ ਸਿੰਘ ਜੀ ਮਰੇ, ਸ਼ਹੀਦ ਹੋਏ ਅਤੇ ਇਤਿਹਾਸ ਸਿਰਜ ਗਏ। ਭਾਈ ਸ਼ਾਬਾਸ਼ ਸਿੰਘ ਸ਼ਬੇਕ ਸਿੰਘ ਜੀ ਮਰੇ, ਇਤਿਹਾਸ ਬਣਾ ਗਏ। ਪੰਚਕੂਲੇ ਵਾਲਿਆਂ ਦਾ ਕੀ ਇਤਿਹਾਸ ਹੈ? ਮਰ ਗਏ ਪਤਾ ਨਹੀਂ ਕਿਹਦੀ ਗੋਲੀ ਨਾਲ ਮਰ ਗਏ। ਚੋਟੇ ਸਿੱਤੀ ਜੋ ਮਰੇ ਲੱਗੀ ਸਭ ਪ੍ਰਵਾਨ। ਚੋਟ ਨਾਲ ਲਾਹੌਰ ਦੇ ਚੌਂਕ ਵਿੱਚ ਬਹਿ ਗਿਆ। ਕੇਸ ਕਟਾਲਾ ਬਈ ਨਾ ਨਾ, ਜਿਹੜਾ ਖਜ਼ਾਨਾ ਹੈ ਉਹਦੇ ਤੋਂ ਨਾਤਾ ਟੁੱਟ ਜਾਣਾ ਜਿੱਦਣ ਕੇਸ ਕੱਟੇ ਗਏ। ਉੱਥੋਂ ਅਕਾਊਂਟ 'ਚੋਂ ਖਾਤਾ ਬੰਦ ਹੋ ਜਾਣਾ ਜਿੱਦਣ, ਖੁੱਲ੍ਹ ਕੇ ਬੋਲੋ ਹਾਂ, ਜਿੱਦਣ ਕੇਸ ਕੱਟੇ ਗਏ। ਕਹਿੰਦੇ ਅਸੀਂ ਫਿਰ ਤੇਰੀ ਖੋਪਰੀ ਲਾ ਦਾਂਗੇ। ਚੋਟ ਵੱਜੀ ਨਾ, ਚੋਟ 'ਤੇ ਆਖਿਆ ਨਾ ਨਗਾਰੇ 'ਤੇ ਚੋਟ ਲਾ ਕੇ ਵੀ ਕੋਈ ਗੱਲ ਨਹੀਂ, ਜਾਨ ਜਾਂਦੀ ਰਹੇ ਸੌ ਵਾਰ, ਮਗਰ ਉਸ ਖਾਤਾ ਬੰਦ ਨਾ ਹੋਵੇ, ਮੇਰਾ ਉਸ ਅਕਾਊਂਟ ਵਿੱਚੋਂ ਖਾਤਾ ਬੰਦ ਨਾ ਹੋਵੇ। ਇਸ ਕਰਕੇ ਤੂੰ ਮੇਰੀ ਖੋਪਰੀ ਲਾ ਸਕਦਾ ਮਗਰ ਮੈਂ ਕੇਸ ਨਹੀਂ ਕਟਾ ਸਕਦਾ। ਗੁਰੂ ਕਿਰਪਾ ਕਰੇ ਅਸੀਂ ਮੱਛੀ ਬਣ ਸਕੀਏ, ਸਾਨੂੰ ਇੰਨਾ ਪਤਾ ਲੱਗ ਜਾਏ ਦੋ ਕਰੈਕਟਰ ਨੇ, ਇੱਕ ਖਜ਼ਾਨਾ ਅਤੇ ਇੱਕ ਖਜ਼ਾਨੇ ਦਾ ਮਾਲਕ ਜਿਹੜਾ ਉਹਦਾ ਹੱਕਦਾਰ ਹੈ। ਤੁਸੀਂ ਗੁਰੂ ਕੇ ਸਿੱਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਦੋ ਜਹਾਨ ਦੇ ਮਾਲਕ ਦੇ ਪਾਤਰ ਹੋ। ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹੋ। ਮੈਂ ਨਹੀਂ ਤੁਹਾਨੂੰ ਦਾਸਰਾ ਨਹੀਂ ਸਲਾਹ ਦਿੰਦਾ, ਤੁਸੀਂ 11 ਸੁਖਮਨੀ ਸਾਹਿਬ ਦੇ ਪਾਠ ਕਰੋ, ਤੁਸੀਂ ਇੱਕ ਕਰੋ। ਮੈਂ ਕਹਿੰਦਾ ਇੱਕ ਪਦਾ ਪੜ੍ਹੋ, ਕਿ ਇੱਕ ਪਦਾ ਪੜ੍ਹੋ, ਮਗਰ ਉਹਨੂੰ ਪੜ੍ਹੋ ਹੀ ਨਾ। ਪੜ੍ਹਨ ਤੋਂ ਅੱਗੇ ਆ ਪੀਣਾ, ਪੀਣਾ, ਪੀਣਾ। ਗੁਰ ਕੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਸ ਪੀਤੀ ਤਿਸ ਮੋਖ ਦੁਆਰ। ਇਹ ਬਾਣੀ ਪੀਣ ਵਾਲੀ ਕਹਾਣੀ ਹੈ, ਨਾ ਕਿ ਪੜ੍ਹਨ ਵਾਲੀ। ਰੱਟ ਲਾ ਲਿਆ, ਐਸੀਆਂ ਦੁਕਾਨਾਂ ਚੱਲ ਪਈਆਂ ਜਿਨ੍ਹਾਂ ਨੇ ਸਿੱਖਾਂ ਨੂੰ ਉਲਝਾ ਕੇ ਰੱਖ ਦਿੱਤਾ। ਸਪਸ਼ਟ ਜਿਹਾ ਹੈ ਇਹ ਬਾਣੀ ਦੇ ਵਿੱਚੋਂ, ਗਰੀਬ ਨਿਵਾਜ ਪਾਤਸ਼ਾਹ ਦਾ ਅੰਮ੍ਰਿਤ ਪੀਓ। ਅੱਜ ਵਾਲੇ ਬਚਨ ਵਿੱਚ ਕਿਹੜੀ ਬਾਣੀ ਚੱਲ ਰਹੀ ਸੀ? ਦੱਖਣੀ ਓਂਕਾਰ। ਦੱਖਣੀ ਓਂਕਾਰ ਦੇ 5-7 ਪਦੇ ਰਹਿੰਦੇ, ਚੰਡੀਗੜ੍ਹ ਪੂਰੇ ਹੋ ਜਾਣੇ। ਆਖੋ ਵਾਹਿਗੁਰੂ। ਅੱਜ ਜਿੱਥੇ ਪਹੁੰਚੇ ਹਾਂ ਉੱਥੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਲੋਕ ਜੰਮਦੇ ਵੀ ਨੇ, ਮਰਦੇ ਵੀ ਨੇ। ਹਾਜ਼ਰਿਓ, ਜੰਮਦੇ ਵੀ ਨੇ, ਮਗਰ ਇੱਕ ਚੀਜ਼ ਪੈਦਾ ਨਾ ਅੰਦਰ ਕਰ ਸਕੇ, ਪ੍ਰੋਡਕਟ ਨਾ ਕਰ ਸਕੇ ਅੰਦਰ। ਕਿਹੜੀ ਚੀਜ਼ ਜੀ? ਖਿਮਾ, ਖਿਮਾ, ਖਿਮਾ। ਰਾਮ ਰਵੰਤਾ ਜਾਣੀਏ ਇੱਕ ਮਾਈ ਭੋਗ ਕਰੇ। ਵੇਖੋ ਕਿੱਡੀ ਸੋਹਣੀ ਗੁਰਬਾਣੀ 'ਚ ਬਚਨ ਲਿਖਿਆ, ਰਾਮ ਰਵੰਤਾ ਜਾਣੀਏ ਇੱਕ ਮਾਈ ਭੋਗ ਕਰੇ। ਆਉਂਦੇ ਨੇ ਲੋਕ ਵੀ ਸਾਡੀ ਸ਼ਬਦ ਜੁੜਦਾ ਹੈ ਅਤੇ ਸੁਰਤ ਜੁੜਦੀ, ਲੋਕ ਗੱਲਾਂ ਕਰਦੇ ਇਹੋ ਜਿਹੀਆਂ। ਮੈਂ ਅੱਗੇ ਵੀ ਕਿਹਾ ਸੀ ਬਰੀਕ ਆ, ਥੋੜ੍ਹਾ ਜਿਹਾ ਨੀਂਦ ਆਉਣ ਦੀ ਕੋਸ਼ਿਸ਼ ਕਰੋ, ਥੋੜ੍ਹਾ ਜਿਹਾ ਸੁਚੇਤ ਰਹੋ, ਤੂੰ ਸੋਹਣਾ ਹੈ, ਸੁਚੇਤ ਹੈ। ਆਖੋ ਵਾਹਿਗੁਰੂ। ਸੋਹਣੀ ਤਾਂ ਇਸ ਤਰ੍ਹਾਂ ਬਣਨਾ ਚਾਹੀਦਾ, ਰਾਮ ਰਵੰਤਾ। ਇਹ ਜਾਣਿਆ ਇਸ ਕਰਕੇ ਜਾਂਦਾ, ਉਦੋਂ ਜਾਣਿਆ ਜਾਂਦਾ ਹੈ
ਜਦੋਂ ਇੱਕ ਸੁਰਤ ਰੂਪੀ ਮਾਈ ਦੀ ਸ਼ਬਦ ਨਾਲ ਪ੍ਰੀਤੀ ਪਵੇ ਅਤੇ ਭੋਗ ਹੋਵੇ, ਭੋਗ ਦਾ ਹੁੰਦਾ ਮਿਲਾਪ, ਆਖੋ ਵਾਹਿਗੁਰੂ, ਸੁਰਤ ਅਤੇ ਸ਼ਬਦ ਮਿਲਣਾ। ਮਹਾਰਾਜ ਉਹਦਾ ਲੱਛਣ ਕੀ ਆ? ਜਿਸ ਤਰ੍ਹਾਂ ਇੱਕ ਬਾਪ ਦੇ ਉੱਤੇ ਪੁੱਤਰ ਜਾਂਦਾ ਹੈ ਅਤੇ ਉਹਦਾ ਸੁਭਾਅ ਮਿਲਦਾ ਹੈ, ਪਿਓ ਅਤੇ ਪੁੱਤ ਦਾ ਸੁਭਾਅ ਮਿਲਦਾ ਹੈ, ਆਉਂਦੇ ਇਹ ਫਲਾਣੇ ਦਾ ਪੁੱਤ ਲੱਗਦਾ, ਲੋਕ ਸੁਭਾਅ ਤੋਂ ਬੁੱਝ ਲੈਂਦੇ। ਤੁਹਾਨੂੰ ਅਤੇ ਮੈਨੂੰ ਕਿਸ ਤਰ੍ਹਾਂ ਮੰਨਣਗੇ? ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਨੇ, ਬੋਲੋ ਖੁੱਲ੍ਹ ਕੇ ਮੈਂ ਕੀ ਕਿਹਾ, ਕਿਸ ਤਰ੍ਹਾਂ ਮੰਨਣਗੇ? ਸੁਭਾਅ ਮਿਲਦਾ ਸਾਡਾ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ, ਕੋਈ ਲੱਛਣ, ਕੋਈ ਰੂਪ, ਕੋਈ ਰੰਗ, ਕੋਈ ਢੰਗ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਮਿਲਦਾ ਹੈ। ਆਖਿਆ ਜੀ, ਜਿਹਦੇ ਸੁਰਤ ਅਤੇ ਸ਼ਬਦ ਦਾ ਭੋਗ ਹੁੰਦਾ ਹੈ ਉਹਦੇ ਵਿੱਚੋਂ ਜਿਹੜੀ ਔਲਾਦ ਆਉਂਦੀ ਉਹਦਾ ਸਭ ਤੋਂ ਵੱਡਾ ਕੀ ਲੱਛਣ ਆ? ਕਹਿੰਦੇ ਖਿਮਾ ਧਨ ਸੰਗਰੇ, ਖਿਮਾ ਧਨ, ਜਿਸ ਤਰ੍ਹਾਂ ਇਹ ਸਾਰਿਆਂ ਨੂੰ ਮਾਫ਼ ਕਰ ਦਿੰਦਾ ਹੈ ਉਹ ਵੀ ਸਾਰਿਆਂ ਨੂੰ, ਜਿਹਦੀ ਸੁਰਤ ਜੁੜੀ ਉਹ ਵੀ ਸਾਰਿਆਂ ਨੂੰ, ਬੋਲੋ ਨਾ ਇੱਕ ਵਾਰ, ਇਹ ਪਿਓ ਨਾਲ ਸੁਭਾਅ ਮਿਲ ਗਿਆ, ਪਿਓ ਨਾਲ ਸੁਭਾਅ ਮਿਲਣ ਲੱਗ ਪਿਆ, ਵੀ ਬਾਪ ਵੀ ਇਹਦਾ ਇਸ ਤਰ੍ਹਾਂ ਦਾ ਹੀ ਸੀ। ਔਰੰਗਜ਼ੇਬ ਨੂੰ ਕਹਿੰਦਾ ਸੀ, ਕੀ ਹੋਇਆ ਤੂੰ ਮੇਰੇ ਚਾਰ ਪੁੱਤ ਸ਼ਹੀਦ ਹੋ ਗਏ, ਮੇਰਾ ਬਾਪ ਮੇਰੀ ਮਾਂ ਸ਼ਹੀਦ ਕਰਤੀ, ਜੇ ਤੂੰ ਦੀਨੇ ਕਾਂਗੜੇ ਆਵੇਂ ਤਾਂ ਮੈਂ ਤੇਰੇ ਸਾਰੇ ਹੀ ਗੁਨਾਹ ਮਾਫ਼ ਕਰਦਾ। ਆ ਇਹ ਤਾਂ ਘਰ ਹੀ ਅਫੂਅਲ ਗੁਨਾਹ ਦਾ ਹੈ, ਅਫੂਅਲ ਇਹ ਤਾਂ ਉਹਦਾ ਘਰ ਹੈ ਜਿਹੜਾ ਸਦ ਬਖਸ਼ਿੰਦ। ਮੈਂ ਉਸ ਸਿਧਾਂਤ ਨੂੰ ਕਿਸ ਤਰ੍ਹਾਂ ਖੋਰਾ ਲਾ ਸਕਦਾ ਵੀ ਤੂੰ ਮੇਰੀ ਸ਼ਰਨ 'ਚ ਆਵੇਂ ਤਾਂ ਮੈਂ ਤੈਨੂੰ ਬਖਸ਼ਾ ਨਾ? ਇਹ ਤਾਂ ਸਿਧਾਂਤ ਨੂੰ ਖੋਰਾ ਲੱਗ ਜੂ, ਜੋ ਮੇਰਾ ਹੀ ਕਾਨੂੰਨ ਲਿਖਿਆ, ਆ ਕਾਨੂੰਨ ਦਾ ਹੀ ਰੌਲਾ ਪਿਆ ਨਾ ਹੁਣ ਸਾਰਾ, ਆਖੋ ਵਾਹਿਗੁਰੂ, ਜੋ ਕਾਨੂੰਨ ਬਣਾਉਂਦਾ ਹੈ ਉਹਦੇ 'ਚ ਦਰਸਾਉਂਦਾ ਕੁਝ ਆ ਅਤੇ ਕਮਾਉਂਦਾ, ਬੋਲੋ ਡਰਦੇ ਹੋ, ਬੋਲੋ ਨਾ, ਸਿਧਾਂਤ ਵਿੱਚ ਕਾਨੂੰਨ ਵਿੱਚ ਲਿਖਿਆ ਕੁਝ ਆ ਅਤੇ ਹੋ ਕੁਝ ਰਿਹਾ। ਮੇਰੇ ਗੁਰੂ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਕਾਨੂੰਨ ਆ ਵੀ ਉਹ ਸਦ ਬਖਸ਼ਿੰਦ ਅਤੇ ਸਭਨਾ ਦੇ ਸਾਰਿਆਂ ਨੂੰ ਆਸਰਾ ਦਿੰਦਾ ਹੈ। ਇੱਥੇ ਕਹਿੰਦੇ ਆਹ ਨਹੀਂ, ਮੁਸਲਮਾਨ ਨਹੀਂ ਰਹਿ ਸਕਦਾ, ਮੇਰੇ ਪਿਓ ਦਾ ਸੁਭਾਅ ਹੈ ਵੀ ਜਿਹੜਾ ਸ਼ਰਨ ਵਿੱਚ ਆਇਆ ਉਹਨਾਂ ਨੂੰ ਗੁਰੂ ਸਾਹਿਬ ਨੇ ਇਹ ਚਿੱਠੀ ਲਿਖਤੀ, ਜਫਰਨਾਮਾ ਲਿਖਤਾ ਵੀ ਜੇ ਕਦੀ ਤੂੰ ਮੁੜ ਕੇ ਮੇਰੇ ਕੋਲ ਦੀਨੇ ਕਾਂਗੜੇ ਆ ਜਾਏ, ਲਕਸ਼ ਦਾ ਰੱਖੋ, ਦੀਨੇ ਕਾਂਗੜੇ ਆ ਜਾਏ ਤਾਂ ਮੈਂ ਤੇਰੇ ਸਾਰੇ ਗੁਨਾਹ। ਇਹ ਸੀ ਰੱਬ ਦਾ ਪੁੱਤ ਜਿਹੜਾ ਕਹਿੰਦਾ ਸੀ, ਮੈਂ ਉਹਨੇ ਮੈਨੂੰ ਕਿਹਾ ਵੀ ਮੈਂ ਆਪਣਾ ਸੁੱਤ ਤੋਏ ਨਿਵਾਜਾ, ਉਹ ਕਹਿੰਦਾ ਸੀ ਮੈਂ ਤੈਨੂੰ ਆਪਣਾ ਪੁੱਤ ਬਣਾਇਆ ਅਤੇ ਪੁੱਤ ਬਣ ਕੇ ਵਿਖਾਇਆ ਵੀ ਮੇਰਾ ਅਤੇ ਮੇਰੇ ਪਿਓ ਦਾ ਸੁਭਾਅ ਮਿਲਦਾ ਹੈ। ਆਖੋ ਵਾਹਿਗੁਰੂ, ਮੇਰਾ ਅਤੇ ਮੇਰੇ ਪਿਓ ਦਾ ਸੁਭਾਅ ਮਿਲਦਾ, ਜੇ ਇਹ ਬਖਸ਼ਿੰਦ ਹੈ, ਅਕਾਲ ਪੁਰਖ ਬਖਸ਼ਿੰਦ ਹੈ ਅਤੇ ਉਹਦਾ ਪੁੱਤਰ ਗੋਬਿੰਦ ਸਿੰਘ ਵੀ ਬਖਸ਼ਿੰਦ ਹੈ, ਚਿੜਿਆ ਨਹੀਂ, ਗੁੱਸੇ 'ਚ ਨਹੀਂ ਆਇਆ। ਇੱਕ ਸ਼ਬਦ ਹੈ ਅਖਿਜੇ, ਅਖਿਜੇ, ਅਖਿਜੇ ਦਾ ਮਤਲਬ ਜਿਹੜਾ, ਅਤੇ ਮੈਂ ਵੀ ਪੁੱਤ ਮਰਵਾ ਕੇ, ਸ਼ਹੀਦ ਕਰਵਾ ਕੇ, ਮਾਂ ਸ਼ਹੀਦ ਕਰਵਾ ਕੇ, ਸਾਰਾ ਸਰਬੰਸ ਸ਼ਹੀਦ ਕਰਵਾ ਕੇ, ਘਰ ਲੁਟਾ ਕੇ, ਖਿਜਿਆ ਨਹੀਂ, ਮੇਰੇ ਨਾਮ ਨਾਲ ਇੱਕ ਸ਼ਬਦ ਜੁੜਿਆ ਅਖਿਜੇ, ਅਤੇ ਆ ਮੈਂ ਤਾਂ ਖਿਜਿਆ ਨਹੀਂ। ਇੱਥੇ ਸਤਿਗੁਰੂ ਜੀ ਅੱਜ ਕਹਿੰਦੇ ਖਿਮਾ ਵਹੂਣੇ, ਬੋਲੋ ਖਿਮਾ ਦਾ ਪਤਾ ਲੱਗ ਗਿਆ ਨਾ ਕਿਸ ਮੈਟਰ 'ਤੇ ਸ਼ਬਦ ਆ, ਖਿਮਾ ਵਹੂਣੇ ਖੱਪ ਗਏ, ਖੂਹਣ ਲੱਖ ਅਸੰਖ, ਲੱਖਾਂ ਹੀ ਅਸੰਖਾਂ ਹੀ ਲੋਕ ਪੈਦਾ ਹੋਏ ਮਗਰ ਇੱਕ ਚੀਜ਼ ਪੈਦਾ ਨਾ ਹੋਈ, ਕਿਉਂਕਿ ਸ਼ਬਦ ਅਤੇ ਸੁਰਤ ਜੁੜੇ ਨਹੀਂ, ਸ਼ਬਦ ਕਹਿੰਦੇ ਰਹਿ ਜੁੜੇ ਮਗਰ ਜਰਾ ਕਿਸੇ ਨੇ ਹੱਥ ਲਾਇਆ ਅਤੇ ਅੱਗ ਬਬੂਲੇ ਹੋ ਗਏ। ਜਾਂ ਤੇਰਾ ਕਰ, ਤੁਸੀਂ ਵੇਖਿਆ ਨਹੀਂ ਫਲਾਣੇ ਦੇਵਤੇ ਨੇ ਫਲਾਣੇ ਨੂੰ ਸਰਾਪ ਦੇ ਦਿੱਤਾ, ਪਤਾ ਲੱਗ ਰਿਹਾ ਜੀ ਗੁਰੂ ਕੇ ਸਿੱਖੋ, ਫਲਾਣੇ ਦੇਵਤੇ ਨੇ ਫਲਾਣੇ ਨੂੰ, ਆਖਿਰ ਗੁੱਸਾ ਆਇਆ ਹੀ ਨਾ, ਖਿਮਾ ਨਹੀਂ ਸੀ ਨਾ, ਆਖੋ ਵਾਹਿਗੁਰੂ, ਕੀ ਖਿਮਾ ਨਹੀਂ ਸੀ ਅਤੇ ਸਰਾਪ ਦੇ ਦਿੱਤਾ,
ਜਿਹਦਾ ਸ਼ਬਦ ਤੇ ਸੁਰ ਦਾ ਮਿਲਾਪ ਆ, ਉਹਦੀ ਕਿਸੇ ਕਹਾਣੀ ਲਿਖੀ ਆ ਵੀ ਉਹ ਖਿਮਾ ਧਨ ਸੰਗਰੇ, ਉਹਦੇ ਅੰਦਰ ਖਿਮਾ ਆਉਂਦੀ, ਖਿਮਾ ਨਾ ਪੈਦਾ ਹੋਣ ਕਰਕੇ ਲੱਖਾਂ ਹੀ ਅਸੰਖਾਂ ਹੀ ਖੱਪ ਗਏ ਇਸ ਧਰਤੀ 'ਤੇ ਆਏ। ਮੇਰੇ ਸਤਿਗੁਰੂ ਅੱਗੇ ਜਾ ਕੇ ਕਹਿੰਦੇ ਗਣਤ ਨਾ ਆਵੇ, ਉਹਨਾਂ ਲੋਕਾਂ ਦੀ ਗਿਣਤੀ ਕੋਈ ਨਹੀਂ ਜਿਹੜੇ ਆਏ ਅਤੇ ਇਹ ਮਾਦਾ ਨਾ ਪੈਦਾ ਕਰ ਸਕੇ। ਉਹ ਤਾਂ ਹੀ ਲਿਖਿਆ ਸੀ ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ। ਇੱਧਰ ਵੇਖੋ ਖਿਮਾ ਕਰਨ ਵਾਲਾ ਇੱਕੋ ਹੀ ਆ, ਉਹਦਾ ਨਾਮ ਤੁਹਾਡਾ ਬਾਪੂ ਆ, ਜਿਹਦਾ ਨਾਮ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਆ। ਤਾਂ ਹੀ ਲਿਖਿਆ ਸੀ ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਇੱਕੋ ਹੀ ਆ ਉਹ ਜਿਹਦੇ ਅੰਦਰ ਇਹ ਮਾਦਾ ਪੈਦਾ ਹੋਇਆ ਵੀ ਕਿਸੇ ਨੂੰ ਮਾਫ ਵੀ ਕਰ ਦੇਈਦਾ। ਆ ਸੱਸ ਕੋਈ ਗੱਲ ਕਹਿ ਦੇ ਘਰ ਟੁੱਟਦੇ ਨੇ, ਸਹੁਰਾ ਕੋਈ ਗੱਲ ਕਹਿ ਦੇ ਘਰ ਟੁੱਟਦੇ ਨੇ, ਨੂੰਹ ਕੋਲੋਂ ਕੋਈ ਗਲਤੀ ਹੋ ਜਾਏ ਘਰ ਟੁੱਟਦੇ ਨੇ। ਕਿਉਂ? ਖਿਮਾ ਵਾਲਾ ਮਾਦਾ ਹੈ ਜੀ, ਕਰਕੇ ਤਾਂ ਵੇਖ, ਉਹ ਸਾਰਾ ਜੀਵਨ ਤੇਰੇ ਤੋਂ ਕੁਰਬਾਨ ਹੋਜੂ, ਕਿਤੇ ਇੱਕ ਵਾਰ ਕਰਕੇ ਤਾਂ ਵੇਖ, ਕਿਸੇ ਨੂੰ ਮਾਫ ਕਰਕੇ ਤਾਂ ਵੇਖ। ਇੱਧਰੋਂ ਚਿੱਠੀ ਪੜ੍ਹੀ, ਆਖੋ ਵਾਹਿਗੁਰੂ, ਇੱਧਰੋਂ ਕਿੰਨੇ ਔਰੰਗਜ਼ੇਬ ਨੇ ਉਸੇ ਵੇਲੇ ਹੀ ਘੋੜੇ 'ਤੇ ਚੜ੍ਹ ਕੇ ਮਿਲਣ ਲਈ ਗੁਰੂ ਦੇ ਚਰਨਾਂ ਨੂੰ ਹਾਜ਼ਰ ਹੋ ਗਿਆ, ਸਤਿਗੁਰੂ ਮੈਂ ਆ ਰਿਹਾ, ਮੈਨੂੰ ਪਤਾ ਹੀ ਨਹੀਂ ਸੀ ਤੁਹਾਡਾ ਅੰਤਰੀ ਸਰੂਪ ਕੀ ਆ, ਮੈਂ ਤਾਂ ਇਹਨਾਂ ਪਹਾੜੀ ਰਾਜਿਆਂ ਦੇ ਕਹਿਣ 'ਤੇ ਤੈਨੂੰ ਦੁਸ਼ਮਣ ਸਮਝ ਬਿੱਠਾ, ਤੇਰੇ ਜਿੱਡਾ ਤਾਂ ਬਖਸ਼ਾਂਦੀ ਕੋਈ ਨਹੀਂ, ਤੁਰ ਪਿਆ ਸੀ ਕਿ ਨਹੀਂ, ਰਾਹ ਦੇ ਵਿੱਚ ਹੀ ਮਰ ਗਿਆ ਸੀ। ਇਹ ਵੱਖਰੀ ਕਹਾਣੀ, ਉਹਦਾ ਮਿਲਾਪ ਨਹੀਂ ਹੋ ਸਕਿਆ। ਉਸੇ ਵੇਲੇ ਹੀ ਐਸਾ ਤੀਰ ਖਿਮਾ ਦਾ ਵਜਾ, ਜ਼ਖਮੀ ਹੋ ਗਿਆ, ਕਹਿਣ ਲੱਗਾ ਜਿੱਥੋਂ ਤੀਰ ਆਇਆ ਉੱਥੇ ਜਾਈਏ। ਆਖੋ ਵਾਹਿਗੁਰੂ, ਗਣਤ ਨਾ ਆਵੇ, ਗਿਣਤੀ ਜਦੋਂ ਹੈ ਹੀ ਨਹੀਂ ਕਿਉਂ ਗਣੀ, ਕਿਉਂ ਗਿਣਤੀ ਕਰਾਂ ਜਦੋਂ ਗਿਣਤੀ ਕੋਈ ਨਹੀਂ, ਵੀ ਕਿੰਨੇ ਕੁ ਲੋਕ ਉਹ ਆਏ ਅਤੇ ਮਰ ਗਏ ਜਿਹਨਾਂ ਦੇ ਵਿੱਚ ਖਿਮਾ ਨਹੀਂ ਪੈਦਾ ਹੋਈ। ਇਹ ਨੋਟ ਕਰਿਓ ਅੱਜ, ਆਖੋ ਵਾਹਿਗੁਰੂ। ਖੱਪ ਖੱਪ ਮੋਏ ਬੇਸੰਖ, ਖੱਪ ਖੱਪ ਕੇ ਲੋਕ ਬੇਸੰਖ ਹੈ, ਪਤਾ ਨਹੀਂ ਕਿੰਨੇ ਗਿਣਤੀ ਤੋਂ ਬਾਹਰੇ ਲੋਕ, ਸੰਖਿਆ ਹੀ ਜਿਹਨਾਂ ਦੀ ਕੋਈ ਨਹੀਂ, ਉਹ ਮਰ ਗਏ। ਖਸਮ ਪਛਾਣੇ ਆਪਣਾ, ਜਿਹੜੇ ਤੁਹਾਡੇ 'ਚ ਵਿੱਚ ਬੈਠੇ ਦੂਸਰੇ 'ਚ ਬੈਠੇ ਵੀ ਆਪਣੇ ਖਸਮ ਨੂੰ ਪਛਾਣਦੇ ਨੇ, ਉਹ ਖੁੱਲ੍ਹੇ, ਅੱਗੇ ਲਿਖਿਆ ਖੁੱਲ੍ਹੇ, ਖੁੱਲ੍ਹੇ ਦਾ ਮਤਲਬ ਉਹ ਖੁੱਲ੍ਹੇ ਸੁਰਤ ਦੇ ਨੇ, ਸੰਕਰੀਨ ਨਹੀਂ, ਤੰਗ ਨਹੀਂ, ਆਖ ਨਹੀਂ ਦਿੰਦਾ ਭਾਅ ਜੀ ਉਹਦੇ ਕੋਲ ਗਲਤੀ ਹੋ ਗਈ, ਤੁਸੀਂ ਖੁੱਲ੍ਹੇ ਦਿਲ ਨਾਲ ਉਹਨੂੰ ਮਾਫ ਕਰ ਦਿਓ, ਕਹਿੰਦੇ ਕਿ ਨਹੀਂ ਬੋਲੋ ਨਾ ਗੁਰੂ ਕਿਸੇ ਕੋਲ, ਇੱਕ ਸ਼ਬਦ ਵਰਤਦੇ ਖੁੱਲ੍ਹੇ ਦਿਲ ਨਾਲ ਉਹਨੂੰ ਮਾਫ ਕਰ ਦਿਓ। ਖਸਮ ਜਿਹਨਾਂ ਨੇ ਖਸਮ ਪਛਾਣ ਲਿਆ, ਖਸਮ ਪਛਾਣੇ ਆਪਣਾ, ਖੁੱਲ੍ਹੇ ਬੰਧ ਨਾ ਪਾਏ, ਬੰਧਨਾਂ 'ਚ ਨਹੀਂ ਪਿਆ ਵੀ ਨਾ 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 ਭਾਅ ਜੀ ਉਹਨੇ ਮੇਰੇ ਨਾਲ ਇੰਨਾ ਵਾਅਦਾ ਕੀਤਾ, ਉਹ ਕਿਤਨਾ ਮਾਫ਼ ਕਰ ਦਿੱਤਾ ਜਾਵੇ। ਵਾਅਦਾ ਤਾਂ ਸੱਜਣੋ ਗੁਰੂ ਗੋਬਿੰਦ ਸਿੰਘ ਜਿੰਨਾ ਕਿਸੇ ਨਾਲ ਵੀ ਨਹੀਂ ਹੋਇਆ, ਮਗਰ ਉਹਦਾ ਕਲੇਜਾ ਵੇਖੋ, ਕਲੇਜਾ ਵੇਖੋ, 7-9 ਸਾਲ ਦੇ ਬੱਚੇ ਨੀਹਾਂ 'ਚ ਖਿਲਾਰਦੇ, ਆਖੋ ਵਾਹਿਗੁਰੂ। 10 ਲੱਖ ਨੇ ਘੇਰਾ ਪਾ ਕੇ ਅੱਖਾਂ ਦੇ ਫਰਜੰਦ, ਕਈ ਗੁਰੂ ਕੇ ਲਾਲ ਪਿਆਰੇ ਸ਼ਹੀਦ ਕਰਤੇ, ਇਹਦੇ ਤੋਂ ਵੱਧ ਵਾਧਾ ਕੀ ਹੋ ਸਕਦਾ ਹੈ, ਮਗਰ ਉਹਦੇ ਜਿੱਡਾ ਬਖਸ਼ੰਦ ਵੀ ਕੋਈ ਨਹੀਂ ਜਿਹਨੇ ਬਖਸ਼ ਦਿੱਤਾ। ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਦਾ ਉਹਨਾਂ ਦਾ ਸ਼ਬਦ ਮਹਿਲੀ ਖਰਾ ਤੂੰ, ਸ਼ਬਦ ਦੇ ਘਰ ਵਿੱਚ ਮਹਿਲ ਵਿੱਚ ਖਰਾ ਉੱਤਰ ਜਾਏਗਾ, ਕਦੋਂ? ਖਿਮਾ ਸੱਚ ਸੁੱਖ ਪਾਏ, ਤੈਨੂੰ ਖਿਮਾ ਅਤੇ ਸੱਚ ਇਹ ਚੰਗਾ ਲੱਗੇ, ਇਹ ਸੁੱਖ ਤੈਨੂੰ ਚੰਗਾ ਲੱਗੇ, ਤੂੰ ਅਜੇ ਅਗਲੇ ਨੂੰ ਨਾ ਮਾਫ਼ ਕਰਕੇ ਸੁੱਖ ਸਮਝਦਾ ਹੈ, ਕਿਤੇ ਇੱਕ ਵਾਰ ਮਾਫ਼ ਤਾਂ ਕਰਕੇ ਵੇਖ, ਪਤਾ ਲੱਗ ਰਿਹਾ ਧੀਏ, ਮਾਫ਼ ਤਾਂ ਜਿਹੜਾ ਸੁੱਖ ਆਤਮਾ ਨੂੰ ਸਕੂਨ ਉਦੋਂ ਮਿਲਣਾ ਜਦੋਂ ਅਗਲੇ ਨੇ ਆਖਿਆ ਤੇਰੇ ਬੱਚੇ ਜੀਂਦੇ ਰਹਿਣ,
ਮੈਂ ਤਾਂ ਤੇਰੇ ਤਾਂ ਇੰਨਾ ਬੁਰਾ ਕੀਤਾ ਅਤੇ ਤੂੰ ਮੈਨੂੰ ਮਾਫ਼ ਕਰ ਦਿੱਤਾ, ਖਿਮਾ ਕਰ ਦਿੱਤਾ, ਉਸ ਸੁੱਖ ਦੀ ਕੀਮਤ ਕੀ ਪਾਓਗੇ? ਉਹ ਘੜੀ ਜਿਹੜਾ ਸਕੂਨ ਆਉਂਦਾ ਹੈ ਜੀਵ ਨੂੰ ਕਿਸੇ ਨੂੰ ਮਾਫ਼ ਕਰਕੇ, ਉਹਦੀ ਕੀਮਤ ਕੀ ਪਾ ਸਕਦੇ ਹੋ? ਅੱਗੇ ਜਾ ਕੇ ਸਾਹਿਬ ਜੀ ਕਹਿੰਦੇ, ਖਰਚ ਖਰਾ ਧਨ ਸੱਚਾਂ ਦਿਓ। ਜਿਹੜਾ ਖਰਚਿਆ ਤੇਰੀ ਜਿੰਦ ਦਾ, ਉਹ ਖਰਾ ਅਸਲੀ ਧਨ ਕੀ ਆ? ਧਿਆਨ ਤੂੰ ਆਪੇ ਵਸੇ ਸਰੀਰ, ਬਾਹਰ ਨਹੀਂ ਅੰਦਰ ਹੀ ਤੇਰੇ ਆਪ ਵਾਹਿਗੁਰੂ ਪਰਮੇਸ਼ੁਰ ਦੀ ਜੋਤ ਹੈ। ਤੂੰ ਬਾਹਰ ਵਸਤਨਾ ਪਾਲ, ਬਾਹਰੋਂ ਨਾ ਲੱਭਦਾ ਰਹੋ, ਅੰਦਰ ਹੀ ਵੇਖ ਤੇਰੇ ਪਰਮੇਸ਼ੁਰ ਦੀ ਅਗੰਮੀ ਜੋਤ ਜਗ ਰਹੀ। ਸਾਰਾ ਸੰਸਾਰ ਬਾਹਰੋਂ ਲੱਭਦਾ ਲੱਭਦਾ ਖੱਪ ਗਿਆ। ਮੇਰੇ ਗੁਰੂ ਨੇ, ਇੱਕ ਮੇਰੇ ਸਤਿਗੁਰੂ ਗਰੀਬ ਨਿਵਾਜ ਨੇ ਸਾਨੂੰ ਕਿਹਾ, ਸਭ ਕੁਛ ਕਰਮ ਹੈ, ਹਟੀ ਨਹੀਂ। ਮੈਂ ਅੱਗੇ ਵੀ ਬੇਨਤੀ ਕਰਦਾ, ਇਸ ਗੱਲੋਂ ਕਪੱਤਾ ਵੀ ਖਵਾਉਂਦਾ ਹੋਊਗਾ, ਤੁਹਾਡੀਆਂ ਗੱਡੀਆਂ, ਤੁਹਾਡੇ ਮੋਟਰਸਾਈਕਲ ਭੱਜਦੇ ਹੀ ਫਿਰਦੇ ਆ ਨਾ ਬਾਹਰ ਨੂੰ, ਜਿੰਨਾ ਜ਼ੋਰ ਬਾਹਰ ਲਾਉਂਦੇ ਹੋ ਕਿਤੇ ਅੰਦਰ ਲਾਉਣ ਲਈ ਅੱਖਾਂ ਮੀਟੋ, ਗੁਰੂ ਸਾਹਿਬ ਅੱਗੇ ਤਰਲਾ ਪਾਓ। ਤੂੰ ਕਹਿੰਦਾ ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ। ਸਤਿਗੁਰੂ ਤੁਸੀਂ ਕਹਿੰਦੇ ਹੋ ਖਜ਼ਾਨਾ ਅੰਦਰ ਹੀ ਆ, ਮਨ ਮੇਰਿਆ ਅੰਤਰ ਤੇਰੇ ਨਿਦਾਨ ਹੈ। ਇੰਨਾ ਕੁਝ ਖਸਮ ਕਵੇ ਅਤੇ ਕਮਜ਼ਾਤ ਜੀਵ ਆਤਮਾ ਸੁਣੇ ਨਾ। ਹੁਣ ਤੁਸੀਂ ਸੜਕਾਂ 'ਤੇ ਜਿੰਨੇ ਲੋਕ ਤੁਰੇ ਫਿਰਦੇ, ਉੱਥੇ ਚੱਲੇ ਉੱਥੇ ਚੱਲੇ, ਇਹਨਾਂ ਸਾਰਿਆਂ ਦੇ ਮੂੰਹ 'ਤੇ ਲਿਖ ਦਿਓ ਕਮਜ਼ਾਤਾਂ ਨੇ, ਖਸਮ ਅੰਦਰ ਬੈਠਾ ਹੈ। ਆਖੋ ਵਾਹਿਗੁਰੂ, ਖਸਮ ਅੰਦਰ ਬੈਠਾ ਅਤੇ ਇਹ ਉੱਤੇ ਲਿਖ ਕੇ ਤੁਰ ਪਏ ਨੇ, ਫਲਾਣੇ ਥਾਂ ਚੱਲੇ ਹਾਂ, ਢੀਂਗੜੇ ਥਾਂ ਚੱਲੇ ਹਾਂ, ਫਲਾਣੇ ਥਾਂ। ਮੇਰੇ ਸਾਹਿਬ ਕਹਿੰਦੇ ਆਪੇ ਵਸੇ ਸਰੀਰ, ਉਹ ਵਾਹਿਗੁਰੂ ਪਰਮੇਸ਼ੁਰ ਇਸ ਸਰੀਰ ਦੇ ਵਿੱਚ ਹੀ ਵੱਸਦਾ ਹੈ। ਤੂੰ ਖਰਾ ਧਨ ਖਰੀਦ ਸਕਦਾ ਹੈ, ਮਗਰ ਉਹ ਅੰਦਰੋਂ। ਮਨ ਤਨ ਮੁੱਖ ਜਾਪੈ ਸਦਾ, ਮਨ ਕਰਕੇ, ਤਨ ਕਰਕੇ ਅਤੇ ਮੁੱਖ ਕਰਕੇ ਜਦੋਂ ਸਦਾ ਲਈ ਜਾਪ ਕਰਨ ਲੱਗ ਜਾਂਦਾ, ਗੁਣ ਅੰਤਰ ਅੰਦਰੋਂ ਗੁਣ ਪੈਦਾ ਹੋ ਜਾਂਦੇ। ਗੁਣ ਖੁੱਲ੍ਹ ਕੇ ਬੋਲੋ, ਟੀਕਾ ਲਾ ਕੇ ਨਹੀਂ, ਕਿਸੇ ਬੰਦੇ ਦੇ ਸੁਭਾਅ ਨੂੰ ਤੁਸੀਂ ਟੀਕਾ ਲਾ ਕੇ ਨਹੀਂ ਬਦਲ ਸਕਦੇ। ਅੰਦਰੋਂ ਤਬਦੀਲੀ ਆਉਂਦੀ ਅਤੇ ਬਾਹਰੋਂ ਆਉਂਦੀ, ਬੋਲੋ ਨਾ ਇੱਕ ਵਾਰ। ਜਦੋਂ ਬੰਦਾ ਜੁੜਿਆ ਰਹਿੰਦਾ ਜੁੜਿਆ ਰਹਿੰਦਾ, ਇੱਕ ਦਿਨ ਅੰਦਰੋਂ ਚੇਂਜਿੰਗ ਆ ਜਾਂਦੀ, ਬੰਦਾ ਇਹ ਤਾਂ ਬਦਲ ਹੀ ਗਿਆ, ਟੀਕਾ ਲਾਇਆ ਕੋਈ? ਆਖੋ ਵਾਹਿਗੁਰੂ। ਗੁਣ ਅੰਤਰ ਮਨ ਧੀਰ, ਮਨ ਦਾ ਧੀਰ ਜਵਾਨ ਹੋ ਜਾਂਦਾ ਹੈ ਜਦੋਂ ਅੰਦਰਲੇ ਗੁਣ ਪੈਦਾ ਹੁੰਦੇ। ਅਤੇ ਅੰਦਰਲੇ ਗੁਣ ਕਿਸ ਤਰ੍ਹਾਂ ਪੈਦਾ ਹੁੰਦੇ? ਜਦੋਂ ਵਾਹਿਗੁਰੂ ਪਰਮੇਸ਼ੁਰ ਕਿਰਪਾ ਕਰੇ, ਅੰਦਰਲੇ ਕਵਾੜ ਖੁੱਲ੍ਹਣ, ਇਹਨੂੰ ਪਤਾ ਲੱਗ ਜਾਏ ਵੀ ਖਜ਼ਾਨਾ ਅੰਦਰ ਸੀ, ਉਸ ਖਜ਼ਾਨੇ ਨੂੰ ਸੰਭਾਲਣਾ ਸ਼ੁਰੂ ਹੋ ਜਾਏ। ਹਉਮੈ ਖਪੇ ਖਪਾਏ ਸੀ, ਜਿਹੜੇ ਨਹੀਂ ਟਲੇ ਹਉਮੈ ਵਿੱਚ ਖਪ ਗਏ ਅਤੇ ਕਈਆਂ ਨੂੰ ਖਪਾ ਗਏ। ਚੰਗੀ ਤਰ੍ਹਾਂ ਸੁਣੋ ਗੁਰੂ ਕੇ, ਹਉਮੈ ਖਪੇ ਖਪਾਏ ਸੀ। ਜਿਹੜਾ ਬੰਦਾ ਹਉਮੈ ਵਾਲਾ ਹੈ ਨਾ, ਜਦੋਂ ਗੱਲਾਂ ਕਰੂਗਾ ਉਹਦੇ ਕੋਲ ਕੋਈ ਰਹੂਗਾ ਅਤੇ ਉਹ ਵੀ ਹਉਮੈ ਹੀ ਸਿੱਖੂ। ਆਖੋ ਵਾਹਿਗੁਰੂ, ਜੱਜ ਕੇ ਬੋਲੋ ਨਾ। ਬੀਜੋ ਵੱਥ ਵਿਕਾਰ, ਬੀਜੋ ਮਣੇ ਹੋਰ ਕੋਈ ਵਸਤੂ ਵੀ ਵਿਕਾਰ ਹੈ ਇੱਕ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ। ਅੱਗੇ ਜਾ ਕੇ ਸਾਹਿਬ ਜੀ ਵਚਨ ਕਰਦੇ, ਜੰਤ ਉਪਾਏ ਵਿੱਚ ਪਾਈ, ਉਹਨੂੰ ਫਿਰ ਫੈਸਲਾ ਆ ਗਿਆ, ਜੰਤ ਪੈਦਾ ਕਰਕੇ ਵਿੱਚ ਆਪਣੀ ਜੋਤ ਰੱਖੀ ਉਹਨੇ। ਜੰਤ ਉਪਾਏ ਵਿੱਚ ਕਿੱਥੇ ਚਲੇ ਗਿਆ, ਬੋਲੋ ਨਾ ਉੱਚੀ ਸਾਰੀ। ਜੰਤ ਉਪਾਏ ਵਿੱਚ ਹਰ ਜੀਵ ਪੈਦਾ ਕਰਕੇ ਅਤੇ ਉਹਦੇ ਵਿੱਚ ਇਹ ਮਨ ਮੇਰੇ ਆ, ਹਰ ਤੁਮ ਮੈਂ ਜੋਤ ਰੱਖੀ ਵਿੱਚ ਪਾਇਆ ਹੈ। ਜੋਤ ਰੱਖੀ ਵਿੱਚ, ਜਿਹੜੀ ਜੋਤ ਨੂੰ ਬੰਦਾ ਲੱਭਦਾ ਫਿਰਦਾ, ਉਹ ਨੂਰਮਹਿਲ ਭੱਜੇ ਫਿਰਦੇ ਸੀ ਲੋਕੀ ਜੋਤ ਜਗਾਉਂਦਾ, ਉਹ
ਜੋਤ ਤੇਰੇ ਅੰਦਰ ਹੈਗੀ। ਆਖੋ ਵਾਹਿਗੁਰੂ ਜਿੰਤੋ ਪਾਏ ਵਿੱਚ ਪਾਈ ਉਨ ਕੌਣਿਆ ਕਰਤਾ ਅਲੱਗ ਅਪਾਰ। ਉਹ ਲਾਈ ਅਲੱਗ ਨਹੀਂ, ਅਲੱਗ ਹੈ, ਕਿਸੇ ਦੇ ਕਹਿਣ ਤੇ ਲੱਗਦਾ ਨਹੀਂ, ਕਿਸੇ ਦੇ ਕਹਿਣ ਤੇ ਹਟਦਾ ਨਹੀਂ। ਆਖੋ ਵਾਹਿਗੁਰੂ ਉਹ ਅਪਾਰ ਵਾਹਿਗੁਰੂ ਪਰਮੇਸ਼ੁਰ ਅੰਦਰ ਜੋਤ ਜਗ ਰਹੀ। ਮੇਰੀ ਉਹ ਧੀਓ ਅੱਜ ਤੋਂ ਆਰੰਭ ਹੋਏ ਦੀਵਾਨ 13 ਤਰੀਕ ਸਵੇਰ ਤੱਕ ਹੁਕਮ ਹੋਇਆ ਸੀ ਪਿਛਲੀ ਵਾਰ, ਬਹੁਤਾ ਸਮਾਂ ਲੈ ਕੇ ਆਇਓ, ਐਰਕਾਂ ਬਹੁਤਾ ਸਮਾਂ ਹੈ। ਅੱਜ ਆਪਾਂ 5 ਤਰੀਕ ਤੋਂ ਸ਼ੁਰੂ ਕੀਤੇ ਨੇ, 13 ਤਰੀਕ ਸਵੇਰ ਤੱਕ ਇਸ ਦਰਬਾਰ 'ਚ ਜੋੜੇ ਝਾਂਡੇ ਨੇ। ਅੰਬ ਸਾਹਿਬ ਵੀ ਕਥਾ ਹੈਗੀ ਆ, ਪ੍ਰਭਾਤ ਵੀ ਕਥਾ ਹੈਗੀ ਆ, ਅੱਜ ਰਾਤ ਨੂੰ ਅੰਬਾਲੇ ਹੈਗੀ ਆ, ਗੁਰਦੁਆਰਾ ਸਤਸੰਗਤ ਸਾਹਿਬ ਹੋਰ ਲਾਗੇ ਚਾਗੇ ਗੁਰਦੁਆਰਿਆਂ ਦੇ ਵਿੱਚ ਸੱਚਾ ਧਨ ਵੀ ਹੈਗੀ ਆ। ਹਰ ਜਗ੍ਹਾ 'ਤੇ ਜਿੱਥੇ ਆ ਸਕਦੇ ਹੋ ਹਾਜ਼ਰੀ ਭਰੋ, ਗੁਰੂ ਸ਼ਬਦ ਨੂੰ ਸੁਣੋ, ਉਹਦੀ ਸੋਝੀ ਪਾ ਕੇ ਪਾਈ ਆਪਣੇ ਲੋਕ ਸੁਖੀਏ ਅਤੇ ਪਰਲੋਕ ਸਹੇਲੇ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।